ਉਥਾਨ ਕਾ। ਕਈ ਸਾਲ ਹੋਏ ਕਿ ਸ਼੍ਰੀਮਾਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨਾਲ ਗੁਰਮਤ ਵਿਚਾਰ ਦੇ ਸਿਲਸਿਲੇ ਵਿੱਚ ਇਹ ਵਿਸ਼ੇ ਵਿਚਾਰ ਗੋਚਰੇ ਆਉਂਦੇ ਰਹੇ ਕਿ ਜੋਗੀ ਵੀ ਅਨਹਤ ਸ਼ਬਦ ਦਸਮ ਦੁਆਰ ਨੂੰ ਮੰਨਦੇ ਹਨ ਅਤੇ ਗੁਰਬਾਣੀ ਵੀ ਅਨਹਤ ਸ਼ਬਦ ਦਸਮ ਦੁਆਰ ਦਾ ਹੋਣਾ ਸਿੱਧ ਕਰਦੀ ਹੈ, ਪਰ ਨਾਲ ਹੀ ਸੋਰਠ ਰਾਗ ਦੇ ਪਾਠ ਪੜ੍ਹਿਓ ਅਰਬੇਦ ਵੀ ਚਾਰਿਓ ਵਾਲੇ ਸ਼ਬਦ ਵਿੱਚ ਗੁਰੂ ਸਾਹਿਬ ਪੰਚਮ ਪਾਤਸ਼ਾਹ ਨੇ ਸਾਫ਼ ਲਿਖਿਆ ਹੈ ਕਿ ਜੋਗੀਆਂ ਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ। ਇਸ ਲਈ ਇਹ ਨਿਰਣਾ ਹੋਣਾ ਚਾਹੀਦਾ ਹੈ ਕਿ ਗੁਰਮਤ ਵਿੱਚ ਅਨਹਤ ਸ਼ਬਦ ਅਤੇ ਦਸਮ ਦੁਆਰ ਕਿਸ ਤਰ੍ਹਾਂ ਮੰਨਿਆ ਹੈ, ਜੋਗੀਆਂ ਅਤੇ ਗੁਰਮਤ ਦੇ ਅਨਹਤ ਸ਼ਬਦ ਅਤੇ ਦਸਮ ਦੁਆਰ ਵਿੱਚ ਕੀ ਫਰਕ ਹੈ। ਜਪਜੀ ਸਾਹਿਬ ਵਿੱਚ ਧਰਮਖੰਡ, ਗਿਆਨਖੰਡ, ਸਰਮਖੰਡ, ਕਰਮਖੰਡ ਅਤੇ ਸੱਚਖੰਡ ਜੋ ਪੰਜਾਂ ਖੰਡਾਂ ਦਾ ਵਰਣਨ ਹੈ ਕਿ ਇਹ ਵਾਸਤਵਿਕ ਆਤਮਕ ਅਵਸਥਾਵਾਂ ਦੇ ਨਾਮ ਹਨ। ਕਈ ਵਿਦਵਾਨਾਂ ਨੇ ਇਹਨਾਂ ਨੂੰ ਅਵਸਥਾਵਾਂ ਹੀ ਮੰਨਿਆ ਹੈ। ਕੀ ਨਰਕ ਸੁਰਗ ਵਾਸਤਵ ਵਿੱਚ ਕੋਈ ਟਿਕਾਣੇ ਇਸ ਦੁਨੀਆ ਤੋਂ ਵੱਖਰੇ ਹਨ ਜਾਂ ਇਸ ਸੰਸਾਰ ਵਿੱਚ ਹੀ ਸੁਖੀ ਦੁਖੀ ਹੋਣ ਦਾ ਨਾਮ ਨਰਕ ਸੁਰਗ ਭੋਗਣਾ ਹੈ। ਕਰਮ ਫਿਲਾਸਫੀ ਦਾ ਨਿਰਣਾ ਹੋਣਾ ਲੋੜੀਏ ਕਿ ਇਨਸਾਨ ਨੂੰ ਕਰਮਾਂ ਵਿੱਚ ਕਿੱਥੋਂ ਤੱਕ ਸੁਤੰਤਰਤਾ ਹੈ, ਉਹ ਆਪਣੇ ਕਰਮਾਂ ਦੇ ਫਲ ਭੁਗਤਣ ਦਾ ਕਿਸ ਹੱਦ ਤੱਕ ਜ਼ਿੰਮੇਵਾਰ ਹੈ। ਗੁਰਬਾਣੀ ਵਿੱਚ ਦੋ ਪ੍ਰਕਾਰ ਦੇ ਸ਼ਬਦ ਆਉਂਦੇ ਹਨ। ਇਹਨਾਂ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਸਭ ਕੁਝ ਵਾਹਿਗੁਰੂ ਦੇ ਵੱਸ ਹੈ, ਮਨੁੱਖ ਕੁਛ ਨਹੀਂ। ਦੂਜੇ ਇਸ ਭਾਵ ਦੇ ਗੁਰਵਾਕ ਹਨ ਕਿ ਜੀਵ ਨੂੰ ਆਪਣੇ ਕੀਤੇ ਕਰਮਾਂ ਅਨੁਸਾਰ ਹੀ ਫਲ ਪ੍ਰਾਪਤ ਹੁੰਦਾ ਹੈ। ਕਰਮਾਂ ਨਾਲ ਕਿਰਪਾ ਦਾ ਕਿੱਥੋਂ ਤੱਕ ਸੰਬੰਧ ਹੈ? ਇਹਨਾਂ ਚੌਹਾਂ ਮਸਲਿਆਂ ਵਿੱਚੋਂ ਅਨਹਦ ਸ਼ਬਦ ਅਤੇ ਦਸਮ ਦੁਆਰ ਦੇ ਨਿਰਣੇ ਸੰਬੰਧੀ ਸ਼੍ਰੀਮਾਨ ਪੁਸਤਕ ਅਨਹਦ ਸ਼ਬਦ ਦਸਮ ਦੁਆਰ 1939 ਦੀਆਂ ਗਰਮੀਆਂ ਵਿੱਚ ਗੁਰੂ ਨਾਨਕ ਆਸ਼ਰਮ ਚਕਾਰ ਕਸ਼ਮੀਰ ਵਿਖੇ ਅਕਾਲੀ ਕੌਰ ਸਿੰਘ ਪਾਸ ਠਹਿਰ ਕੇ ਆਰੰਭ ਕੀਤੀ। ਬਾਕੀ ਰਹਿੰਦਾ ਹਿੱਸਾ ਪਿੰਡ ਨਾਰੰਗਵਾਲ ਆ ਕੇ 1939-1940 ਦੀਆਂ ਸਰਦੀਆਂ ਵਿੱਚ ਪੂਰਾ ਕੀਤਾ। ਇਸ ਪੁਸਤਕ ਦਾ ਇੱਥੇ ਖੁਲਾਸਾ ਲਿਖਣ ਦੀ ਗੁੰਜਾਇਸ਼ ਨਹੀਂ ਹੈ। ਸਾਰ ਭਾਵ ਇਹ ਹੈ ਕਿ ਇਸ ਵਿੱਚ ਵੱਡੇ 21 ਅੰਕ ਹਨ ਜਿਨ੍ਹਾਂ ਵਿੱਚ ਹੇਠ ਲਿਖੇ ਗੂੜ ਗੁਰਮਤ ਆਸ਼ਿਆਂ ਦਾ ਨਿਰਣਾ ਕੀਤਾ ਗਿਆ ਹੈ, ਜਿਵੇਂ ਕਿ ਦਸਮ ਦੁਆਰ ਕਦੋਂ ਖੁੱਲ੍ਹਦਾ ਹੈ, ਦਸਮ ਦੁਆਰ ਖੁੱਲ੍ਹਣ ਦੀਆਂ ਨਿਸ਼ਾਨੀਆਂ, ਅੰਮ੍ਰਿਤਧਾਰ, ਅਨਹਦ ਧੁਨੀ, ਅਨਹਦ ਸੁਨ ਵਿਵਸਥਾ, ਮਨ ਦਾ ਵਸ ਆਉਣਾ, ਮਨ ਦਾ ਨਾਭੀ ਤੋਂ ਦਸਮ ਦੁਆਰ ਨੂੰ ਚੜ੍ਹਨਾ, ਆਤਮ ਭੋਗ, ਸੁਨ ਮੰਡਲ, ਤੁਰਿਆ ਪਦ, ਅਗਮਪੁਰਾ, ਨਿਜ ਘਰ, ਸਹਿਜ ਪਦ, ਸੱਚ ਦਾ ਨਿਰਣਾ, ਮੁਰਮਤ ਗਿਆਨ ਅਤੇ ਸਾਇੰਸ, ਸੱਚਾ ਮਹਿਲ, ਰੂਹ ਅਤੇ ਸੂਖਮ ਰਚਨਾ, ਸਹਿਜ ਸਮਾਧੀ, ਇਕਾਂਤ, ਗੁਰਗੁਫਾ, ਕਾਇਆਗੜ੍ਹ, ਨਾਭੀ ਦਸਮ ਦੁਆਰ ਬਿਸਮਾਦ, ਪੂਰੇ ਗੁਰ ਕੀ ਪੂਰੀ ਬਾਣੀ, ਕਾਇਆ ਅੰਦਰ ਕੁਦਰਤ ਦੇ ਪਸਾਰੇ ਦਾ ਜ਼ਹੂਰ ਨਜ਼ਾਰਾ, ਅੰਗਣਾ, ਇਸੇ ਦਾ ਨਾਮ ਹਿਰਦਾ ਹੈ, ਕੌਡੀ ਤੋਂ ਲਾ ਕੇ ਧੁੰਨੀ ਤੱਕ ਦਾ ਜੋ ਵਿਚਕਾਰਲਾ ਥਾਂ ਹੈ ਇਸ ਨੂੰ ਅੰਗਣਾ, ਹਿਰਦਾ ਜਾਂ ਹਿਰਦਾ ਕਹਿੰਦੇ ਹਨ। ਗੁਰੂ ਕਾ ਪ੍ਰਸਾਦ, ਦਸਮ ਦੁਆਰ ਦੀ ਖੇਡ, ਸੁਨ ਮੰਡਲ, ਸੋਹੰਗ ਸੋ ਜਾਪ ਦਾ ਅਰਥ, ਨਾਮ ਵਿੱਚ ਸਮਾਈ, ਗੁਰਮਤ ਅਨਹਦ ਸ਼ਬਦ ਯੋਗ ਦੇ ਅਨਹਦ ਸ਼ਬਦ ਤੋਂ ਵੱਖਰਾ ਹੈ। ਪੰਜ ਸ਼ਬਦ ਜੋਤ ਪ੍ਰਕਾਸ਼ ਦਾ ਪਹਿਲਾ ਝਲਕਾ, ਜੋਤ ਝਲਕਾਰੇ ਦਾ ਅਦਭੁਤ ਨਜ਼ਾਰਾ, ਦਸਮ ਦੁਆਰ ਉਘਾੜ, ਪ੍ਰਾਣਾ ਜਾਪ, ਸਹਿਜ ਪਦ, ਨਿਹਚਲ ਕਰਮ, ਸੱਚਖੰਡ, ਆਤਮਾ ਪਰਮਾਤਮਾ ਦੇ ਮੇਲ ਦਾ ਨਜ਼ਾਰਾ, ਪਾਰ ਜਾਤ ਅੰਮ੍ਰਿਤ ਬ੍ਰਿਜ, ਉਨਮਨ ਅਵਸਥਾ, ਹੱਠ ਯੋਗ ਅਤੇ ਗੁਰਮਤ ਸਹਿਜ ਯੋਗ ਦਾ ਫਰਕ, ਦਸਮ ਦੁਆਰ ਦਾ ਖੁੱਲ੍ਹਣਾ, ਸੱਚਾ ਸਤਿਗੁਰੂ, ਸਿੱਧ ਗੋਸ਼ਟ ਦੇ ਪ੍ਰਮਾਣਾਂ ਦੀ ਵਿਆਖਿਆ, ਸ਼ਬਦ ਦਾ ਵਾਸਾ ਕਿੱਥੇ ਹੈ, ਸ਼ਬਦ ਦਾ ਲੇਖ, ਮਨ ਸਰੀਰ ਵਿੱਚ ਅਤੇ ਸਰੀਰ ਤੋਂ ਨਿਕਲ ਕੇ ਕਿੱਥੇ ਰਹਿੰਦਾ ਹੈ, ਸਤਿਗੁਰੂ ਦੇ ਸਿੱਖ ਦਾ ਮਰਤਬਾ, ਸੁਨ ਗਗਨ ਉਡਾਰੀ। ਉੱਪਰ ਦੱਸੇ ਪ੍ਰਕਰਣਾਂ ਵਿੱਚ ਗੁਰਮਤ ਅਨਹਤ ਸ਼ਬਦ ਦਸਮ ਦੁਆਰ ਦਾ ਸਾਰਾ ਮਸਲਾ ਵਿਸਥਾਰਪੂਰਵਕ ਗੁਰਬਾਣੀ ਦੇ ਪ੍ਰਮਾਣਾਂ ਨਾਲ ਹੱਲ ਕੀਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ
ਅਨਹਦ ਸ਼ਬਦ ਅਤੇ ਦਸਮ ਦੁਆਰ ਸੰਬੰਧੀ ਜਿਤਨੇ ਵੀ ਵੱਡੇ ਵੱਡੇ ਸ਼ਬਦ ਹਨ ਉਹਨਾਂ ਸਭਨਾਂ ਦੀ ਵਿਆਖਿਆ ਇਸ ਪੁਸਤਕ ਵਿੱਚ ਆ ਗਈ ਹੈ। ਇਸ ਗੂੜ ਵਿਸ਼ੇ ਪ੍ਰਥਾਏ ਜਿੱਥੋਂ ਤੱਕ ਮੇਰੀ ਵਾਕਫੀ ਹੈ ਜ਼ਖੀਮ ਕਿਤਾਬ ਗੁਰਮੁਖੀ ਵਿੱਚ ਇਹ ਪਹਿਲੀ ਹੈ। ਮੈਨੂੰ ਆਸ ਹੈ ਕਿ ਇਸ ਨੂੰ ਪੜ੍ਹ ਕੇ ਬਹੁਤਿਆਂ ਦੇ ਸ਼ੰਕੇ ਦੂਰ ਹੋਣਗੇ, ਅਨੇਕਾਂ ਨੂੰ ਲਾਭ ਪੁੱਜੇਗਾ। ਕਿਤੇ ਕਿਤੇ ਲੋੜੀਂਦੇ ਫੁੱਟ ਨੋਟ ਦਿੱਤੇ ਗਏ ਹਨ। ਗੁਰਮਤਿ ਸਹਿਜ ਯੋਗ ਦੀ ਵਿਸ਼ੇਸ਼ਤਾ ਦੱਸਣ ਲਈ ਸਵਾਮੀ ਨਿਤਿਆਨੰਦ ਜੋਗੀ ਦਾ ਬਿਆਨ ਵੀ ਫੁੱਟ ਨੋਟਾਂ ਵਿੱਚ ਸਫ਼ਾ 136 ਤੋਂ 141 ਤੱਕ ਦਰਜ ਹੈ। ਸ਼੍ਰੀਮਾਨ ਭਾਈ ਸਾਹਿਬ ਜੀ ਨੇ ਗੁਰਪ੍ਰਮਾਣਾਂ ਦੀ ਓਟ ਵਿੱਚ ਆਪਣੇ ਆਤਮਿਕ ਤਜ਼ਰਬਿਆਂ ਨੂੰ ਪ੍ਰਗਟ ਕੀਤਾ ਹੈ, ਜਿਹਾ ਕਿ ਉਹ ਸਫ਼ਾ 13 ਪਰ ਲਿਖਦੇ ਹਨ। ਇਸ 'ਤੇ ਵਧੇਰਾ ਵਿਥਾਰ ਹੋਵੇ ਤਾਂ ਕੀ ਹੋਵੇ, ਜਿਨ੍ਹਾਂ ਅੰਦਰ ਇਹ ਖੇਡ ਇਦੋਂ ਵਧੇਰਾ ਵਾਪਰੀ ਹੈ ਉਹਨਾਂ ਨੂੰ ਵਧੇਰੇ ਵਿਥਾਰਨ ਦੀ ਪਰੋਖੋਂ ਹੋਵੇ ਤਾਂ ਹੋਵੇ, ਸਾਡੇ ਤੋਂ ਤਾਂ ਇੱਥੇ ਹੀ ਬਸ ਹੈ। ਕਈ ਜਗ੍ਹਾ ਮੈਂ ਬੇਨਤੀ ਕੀਤੀ ਸੀ ਕਿ ਹੋਰ ਨਿਰਣਾ ਕੀਤਾ ਜਾਏ, ਪਰ ਉਹ ਇਹੋ ਕਹਿੰਦੇ ਰਹੇ ਹਨ ਕਿ ਇਸ ਖੇਡ ਨੂੰ ਵਧੇਰੇ ਖੁੱਲ੍ਹ ਖੇਡ ਬਣਾਉਣਾ ਯੋਗ ਨਹੀਂ। ਸੋ ਉਹਨਾਂ ਜੋ ਕੁਛ ਵੀ ਦੱਸਿਆ ਹੈ ਗੁਰੂ ਬਾਣੀ ਦੀ ਓਟ ਲੈ ਕੇ ਸੰਕੋਚ ਨਾਲ ਹੀ ਲਿਖਿਆ ਹੈ। ਜਪਜੀ ਸਾਹਿਬ ਦੇ 5 ਖੰਡਾਂ ਦੀ ਵਿਆਖਿਆ ਬਾਰੇ ਸੱਚਖੰਡ ਦਰਸ਼ਨ ਪੁਸਤਕ ਛਪੀ ਹੋਈ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਇਹ ਖੰਡ ਦਿਵ ਮੰਡਲ ਹਨ, ਬੜੀ ਦੂਰ ਹਨ, ਪਰ ਨਾਮ ਦੇ ਬਲ ਨਾਲ ਬੜੀ ਛੇਤੀ ਉੱਥੇ ਪਹੁੰਚ ਜਾਈਦਾ ਹੈ। ਇਸੇ ਤਰ੍ਹਾਂ ਨਰਕ, ਸੁਰਗ, ਜਮਰਾਜ, ਚਿੱਤਰਗੁਪਤਾ ਅਰਥਾਤ ਅਗਲੀ ਦੁਨੀਆ ਬਾਰੇ ਪੁਸਤਕ ਅਣਡਿੱਠੀ ਦੁਨੀਆ ਚਰੋਕਣੀ ਛਪ ਚੁੱਕੀ ਹੈ, ਜਿਸ ਵਿੱਚ ਅਗਲੀ ਅਣਡਿੱਠੀ ਦੁਨੀਆ ਦੇ ਵਰਤਾਰੇ ਦਾ ਹਾਲ ਦੱਸਿਆ ਹੈ। ਅਤੇ ਇਸ ਅਖਾਣ ਇਹ ਜਗ ਮਿੱਠਾ ਅਗਲਾ ਕਿਨ ਡਿੱਠਾ ਦਾ ਉੱਤਰ ਚੰਗੀ ਤਰ੍ਹਾਂ ਖੋਲ੍ਹ ਕੇ ਦਿੱਤਾ ਹੈ। ਕਰਮਾਂ ਦੇ ਨਿਰਣੇ ਸੰਬੰਧੀ ਕਰਮ ਫਿਲਾਸਫੀ 500 ਸਫ਼ੇ ਦੀ ਪੁਸਤਕ ਪ੍ਰਕਾਸ਼ਿਤ ਹੋਈ ਮਿਲਦੀ ਹੈ, ਜਿਸ ਵਿੱਚ ਕਰਮਾਂ ਸੰਬੰਧੀ ਸਭ ਸ਼ੰਕਿਆਂ ਦਾ ਸਮਾਧਾਨ ਕੀਤਾ ਗਿਆ ਹੈ। ਕਰਮ ਕਿਵੇਂ ਬਣੇ, ਜੀਵ ਨੂੰ ਕਰਮਾਂ ਦਾ ਫਲ ਕਿਵੇਂ ਭੁਗਤਣਾ ਪੈਂਦਾ ਹੈ ਅਤੇ ਕਰਮਾਂ ਪਰ ਕਿਰਪਾ ਦਾ ਅਸਰ ਕਿਵੇਂ ਹੁੰਦਾ ਹੈ ਇਤਿਆਦਿਕ ਗੱਲਾਂ ਕੀ ਪਰਮਾਰਥ ਸੰਬੰਧੀ ਜੋ 5 ਵੱਡੇ ਸਵਾਲ ਹਨ ਉਹਨਾਂ ਸੰਬੰਧੀ ਪੁਸਤਕਾਂ ਛਪ ਚੁੱਕੀਆਂ ਹਨ। 5 ਸਵਾਲ ਇਹ ਹਨ, ਗੁਰਮਤਿ ਨਾਮ ਅਤੇ ਗੁਰਬਾਣੀ, ਇਸ ਬਾਰੇ ਪੜ੍ਹੋ ਜੇਲ੍ਹ ਚਿੱਠੀਆਂ, ਗੁਰਮਤਿ ਨਾਮ ਅਭਿਆਸ ਕਮਾਈ, ਗੁਰਮਤਿ ਲੇਖ, ਗੁਰਮਤਿ ਵਿਵੇਕ, ਚਰਨ ਕਮਲ ਕੀ ਮੌਜ, ਅੰਮ੍ਰਿਤ ਕੀ ਹੈ, ਅੰਮ੍ਰਿਤ ਕਲਾ, ਬਾਬਾ ਵੈਦ ਰੋਗੀਆਂ ਦਾ ਹਉਮੈ ਨਾਵੇਂ ਨਾਲ ਵਿਰੋਧ ਹੈ। ਦੂਜਾ ਜਪਜੀ ਸਾਹਿਬ ਦੇ 5 ਖੰਡ, ਦੇਖੋ ਪੁਸਤਕ ਸੱਚਖੰਡ ਦਰਸ਼ਨ। ਤੀਜਾ ਨਰਕ ਸੁਰਗ ਆਦਿ ਸੰਬੰਧੀ ਪੜ੍ਹੋ ਅਣਡਿੱਠੀ ਦੁਨੀਆ। ਚੌਥਾ ਕਰਮ ਵਿਸ਼ੇ ਲਈ ਦੇਖੋ ਕਰਮ ਫਿਲਾਸਫੀ। ਪੰਜਵਾਂ ਅਨਹਦ ਸ਼ਬਦ ਅਤੇ ਦਸਮ ਦੁਆਰ ਦੇ ਨਿਰਣੇ ਲਈ ਪੜ੍ਹੋ ਅਨਹਦ ਸ਼ਬਦ ਦਸਮ ਦੁਆਰ। ਇਹੋ ਹੀ 5 ਸਵਾਲ ਗੂੜ ਵਿਚਾਰ ਵਾਲੇ ਹਨ ਜਿਨ੍ਹਾਂ ਬਾਬਤ ਭਾਈ ਸਾਹਿਬ ਦੀਆਂ ਪੁਸਤਕਾਂ ਗੁਰਮੁਖੀ ਵਿੱਚ ਸਭ ਤੋਂ ਪਹਿਲੀਆਂ ਹਨ। ਹੁਣ ਭਾਈ ਸਾਹਿਬ ਦੀਆਂ ਛਪਣ ਵਾਲੀਆਂ ਖਾਸ ਪੁਸਤਕਾਂ 3 ਹਨ, ਗੁਰਮਤਿ ਰਮਜ਼ਾਂ, ਸੰਤ ਪਦ ਨਿਰਣੈ, ਗੁਰਬਾਣੀ ਦੀਆਂ ਲਗਾਂ ਮਾਤਰਾਂ ਦੀ ਵਿਲੱਖਣਤਾ, ਜੋ ਸਮੇਂ ਸਮੇਂ ਛਪ ਜਾਣਗੀਆਂ। ਪੁਸਤਕ ਅਨਹਦ ਸ਼ਬਦ ਦਸਮ ਦੁਆਰ ਪਹਿਲੀ ਵਾਰ ਅਪ੍ਰੈਲ 1941 ਵਿੱਚ ਛਪੀ ਸੀ। ਹੁਣ ਦੂਜੀ ਐਡੀਸ਼ਨ ਪੁਸਤਕ ਫੰਡ ਵਿੱਚੋਂ ਪ੍ਰਕਾਸ਼ਿਤ ਕੀਤੀ ਗਈ ਹੈ। ਪੁਸਤਕ ਗਗਨ ਉਡਾਰੀ ਇਸ ਦੇ ਨਾਲ ਸੰਬੰਧਿਤ ਹੋਣ ਕਰਕੇ ਇਸ ਦੇ ਵਿੱਚ ਹੀ ਸ਼ਾਮਲ ਕਰ ਦਿੱਤੀ ਗਈ ਹੈ ਅਤੇ ਅੰਤ ਵਿੱਚ ਪਾਠਕਾਂ ਵੱਲੋਂ ਕੀਤੇ ਗਏ ਸ਼ੰਕਿਆਂ ਦੇ ਉੱਤਰ ਵੀ ਦਰਜ ਕਰ ਦਿੱਤੇ ਗਏ ਹਨ। ਸ਼੍ਰੀਮਾਨ ਭਾਈ ਸਾਹਿਬ ਜੀ ਦੀਆਂ ਪੁਸਤਕਾਂ ਸੰਬੰਧੀ ਵੱਖਰਾ ਫੰਡ ਬਣਿਆ ਹੋਇਆ ਹੈ, ਜਿਸ ਵਿੱਚੋਂ ਛਪਾਈ ਅਤੇ ਕਾਗਜ਼ ਆਦਿ ਦਾ ਖਰਚ ਕੱਢ ਕੇ ਮਾਮੂਲੀ ਮੁਨਾਫਾ ਰੱਖ ਕੇ ਪੁਸਤਕਾਂ ਛਾਪੀਆਂ ਜਾਂਦੀਆਂ ਹਨ। ਨਾਲ ਪੁਸਤਕਾਂ ਦੀ ਛਪਾਈ ਦਾ ਕੰਮ ਚੱਲ ਰਿਹਾ ਹੈ। ਇਸ ਫੰਡ ਵਿੱਚੋਂ ਜ਼ਾਤੀ ਲਾਭ ਕਿਸੇ ਨੂੰ ਨਹੀਂ ਪਹੁੰਚ ਰਿਹਾ, ਮੁਨਾਫੇ ਦੀ ਆਮਦਨ ਜਾਂ ਪ੍ਰੇਮੀਆਂ ਦੀ ਸਹਾਇਤਾ ਨਾਲ ਹੀ ਇਹ ਸਿਲਸਿਲਾ ਚੱਲ ਰਿਹਾ ਹੈ। ਨਾਹਰ ਸਿੰਘ ਗਿਆਨੀ, ਗੁੱਜਰਵਾਲ, ਜ਼ਿਲ੍ਹਾ ਲੁਧਿਆਣਾ। ਮਾਰੂ ਮਹੱਲਾ 5, ਬਾਹਰ ਢੂੰਡਣ 'ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ, ਅਨੁਭਉ ਅਚਰਜ ਰੂਪ ਪ੍ਰਭ ਪੇਖਿਆ, ਮੇਰਾ ਮਨ ਛੋੜ ਨਾ ਕਤਹੂ ਜਾਇਆ ਥਾ,
ਮਾਨਕ ਪਾਇਓ ਰੇ ਪਾਇਓ, ਹਰ ਪੂਰਾ ਪਾਇਆ ਥਾ। ਮੋਲ ਅਮੋਲ ਨਾ ਪਾਇਆ ਜਾਈ, ਕਰ ਕਿਰਪਾ ਗੁਰੂ ਦਿਵਾਇਆ ਥਾ। ਰਹਾਓ ਅਦਿਸ਼ਟ ਅਗੋਚਰ ਪਾਰ ਬ੍ਰਹਮ, ਮਿਲ ਸਾਧੂ ਅਕਥ ਕਥਾਇਆ ਥਾ। ਅਨਹਦ ਸ਼ਬਦ ਦਸਮ ਦੁਆਰ, ਵਜਿਓ ਤਹਿ ਅੰਮ੍ਰਿਤ ਨਾਮ ਚੁਆਇਆ ਥਾ। ਟੋਟ ਨਾਹੀ ਮਨ ਤ੍ਰਿਸ਼ਨਾ ਬੁਝੀ, ਅਖੁੱਟ ਭੰਡਾਰ ਸਮਾਇਆ ਥਾ। ਚਰਣ 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 ਗੁਰ ਸੇਵੇ, ਅਘੜ ਘੜਿਓ ਰਸ ਪਾਇਆ ਥਾ। ਸਹਿਜੇ ਆਵਾ ਸਹਿਜੇ ਜਾਵਾ, ਸਹਿਜੇ ਮਨ ਖੇਲਾਇਆ ਥਾ। ਕਹੁ ਨਾਨਕ ਭਰਮ ਗੁਰ ਖੋਇਆ, ਤਾਂ ਹਰ ਮਹਿਲੀ ਮਹਿਲ ਪਾਇਆ ਥਾ। ਇੱਕ ਓਅੰਕਾਰ ਅਨਹਦ ਸ਼ਬਦ ਦਸਮ ਦੁਆਰ। ਗੁਰਮਤਿ ਦੇ ਅਨੇਕਾਂ ਸਿਧਾਂਤ ਐਸੇ ਹਨ, ਜਿਨ੍ਹਾਂ ਦੀ ਵਾਸਤਵਤਾ ਉੱਤੇ ਗੁਰਮਤਿ ਜਗਿਆਸੂਆਂ ਅਤੇ ਗੁਰਮਤਿ ਪਾਉਂਦਿਆਂ ਨੂੰ ਵੀ ਦ੍ਰਿੜ ਵਿਸ਼ਵਾਸ ਭਰੋਸਾ ਨਹੀਂ ਆਇਆ। ਦੂਜਿਆਂ ਨੂੰ ਤਾਂ ਕੀ ਆਉਣਾ ਸੀ। ਗੁਰਬਾਣੀ ਅੰਦਰ ਅਨੇਕ ਥਾਵੀਂ ਅਨਹਦ ਸ਼ਬਦ ਦੀ ਮਹਿਮਾ ਦਰਸਾਈ ਗਈ ਹੈ ਅਤੇ ਦਸਮ ਦੁਆਰ ਦੀ ਦਰਸ਼ਤਾ ਗਾਈ ਗਈ ਹੈ, ਪਰੰਤੂ ਗੁਰਬਾਣੀ ਉੱਪਰ ਨਿਸ਼ਚਾ ਰੱਖਣ ਦੇ ਦਾਅਵੇਦਾਰਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਉੱਪਰ ਸ਼ਰਧਾ ਭਾਵਨੀ ਲਿਆਵਣ ਹਾਰੇ ਪਰ ਸੰਸਾਕਾਰਾਂ ਅਤੇ ਕਈ ਇੱਕ ਅਨਿੰਨ ਸਿੱਖ ਸਦਾਵਣ ਹਾਰਾਂ ਨੂੰ ਵੀ ਅਜੇ ਤਾਈਂ ਸੰਸਾ ਹੈ ਕਿ ਸੱਚਮੁੱਚ ਇਸ ਗੁਰਮਤਿ ਦਰਸਾਏ ਸਿਧਾਂਤ ਵਿੱਚ ਤੱਤ ਹੋਂਦਨੀ ਵਾਸਤਵੀ ਸੱਚਾਈ ਹੈ ਕਿ ਨਹੀਂ। ਇਸੇ ਹੀ ਸਿਧਾਂਤ ਦੀ ਤੱਤ ਵਾਸਤਵਤਾ ਨੂੰ ਵਿਚਾਰ ਕਰਨਾ ਮੁੱਖ ਰੱਖ ਕੇ ਅੱਜ ਇਸ ਲੇਖਣੀ ਨੂੰ ਜੁੰਬਸ਼ ਹੋਈ ਹੈ ਕਿ ਗੁਰਮਤਿ ਉੱਚੇ ਸੁੱਚੇ ਅਸੂਲ ਨੂੰ ਨਿਤਾਰ ਕੇ ਅਤੇ ਨਿਖਾਰ ਕੇ ਰੋਸ਼ਨਾਇਆ ਜਾਏ ਅਤੇ ਗੁਰਪ੍ਰਮਾਣਾਂ ਦੇ ਪ੍ਰੋੜਤਾ ਭਰੇ ਚਾਨਣੇ ਅੰਦਰ ਪ੍ਰਗਟਾਇਆ ਜਾਏ। ਗੁਰਮਤਿ ਦੇ ਇਸ ਗੰਭੀਰ ਸਿਧਾਂਤ ਉੱਤੇ ਕਿੰਤੂ ਕਰਨ ਵਾਲੇ ਸੰਸੇ ਤਿਨ੍ਹਾਂ ਨੂੰ ਹੀ ਉਪਜਦੇ ਹਨ ਜਿਨ੍ਹਾਂ ਨੇ ਗੁਰਬਾਣੀ ਨੂੰ ਕੇਵਲ ਘੋਖਿਆ ਹੈ ਪਰ ਕਮਾਇਆ ਨਹੀਂ, ਸੁਣਿਆ ਪੜ੍ਹਿਆ ਹੈ ਪਰ ਅਜ਼ਮਾਇਆ ਨਹੀਂ, ਜਿਨ੍ਹਾਂ ਨੇ ਗੁਰਬਾਣੀ ਦੇ ਹੁਕਮਾਂ ਅਨੁਸਾਰ ਹੁਕਮਨ ਸਿਰ ਸੱਚੇ ਹੁਕਮ ਗੁਰਮਤਿ ਨਾਮ ਦੀ ਅਤੁੱਟ ਅਭਿਆਸ ਕਮਾਈ ਨਹੀਂ ਕੀਤੀ ਅਤੇ ਸਿਮਰਨ ਸਿਫਤ ਸਲਾਹ ਮਈ ਸੱਚੀ ਸੇਵਾ ਘਾਲਣਾ ਨਹੀਂ ਘਾਲੀ। ਉਹ ਸਿੱਖ ਜਗਿਆਸੂ ਇਸ ਉੱਚ ਗੁਰਮਤਿ ਸਿਧਾਂਤ ਦੀ ਸੱਚਾਈ ਨੂੰ ਕੀ ਜਾਂਚ ਸਕਦੇ ਹਨ। ਜਦ ਤਾਈਂ ਕੋਈ ਖਾਸ ਆਤਮ ਵਿਵਸਥਾ ਕਿਸੇ ਉੱਪਰ ਵਾਪਰ ਨਾ ਜਾਏ ਤਦ ਤਾਈਂ ਉਸ ਨੂੰ ਸੁਣੀ ਸੁਣਾਈ ਪੜ੍ਹੀ ਪੜ੍ਹਾਈ ਵਿਵਸਥਾ ਉੱਤੇ ਅਮੰਨਾ ਹੀ ਨਹੀਂ ਆ ਸਕਦਾ। ਬੁੱਧੀ ਦੀਆਂ ਅਲਪਗ ਅਕਲੀ ਦੌੜਾਂ ਦੀ ਉਰੇਡੀ ਹੈ ਅਤੇ ਸਭ ਤੋਂ ਵੱਡੀ ਕਮਲ ਅਕਲੀ ਇਹ ਹੈ ਕਿ ਅਲਪਗ ਬੁੱਧੀ ਦੀ ਗਮਤਾ ਤੋਂ ਅਗੋਚਰ ਗੁਰਮਤਿ ਸਿਧਾਂਤ ਦੇ ਅਸੂਲਾਂ ਨੂੰ ਪਰਖਣ ਮਾਪਣ ਅਤੇ ਜਾਚਣ ਲਈ ਇਸ ਅਲਪਗ ਬੁੱਧੀ ਦੀ ਕਸੌਟੀ ਹੀ ਲਾਈ ਜਾਏ। ਗੁਰਸਿੱਖੀ ਦਾ ਮੁੱਢ ਇੱਥੋਂ ਆਰੰਭ ਹੁੰਦਾ ਹੈ ਕਿ ਜੋ ਕੁਛ ਗੁਰਬਾਣੀ ਆਖਦੀ ਹੈ ਉਸ ਨੂੰ ਸੱਤ ਸੱਤ ਕਰਕੇ ਮੰਨਿਆ ਜਾਏ ਅਤੇ ਗੁਰਮਤਿ ਦੇ ਅਗਮ ਅਗੋਚਰ ਸਿਧਾਂਤਾਂ ਉੱਤੇ ਬਿਨਾਂ ਕਿੰਤੂ ਕੀਤੇ ਈਮਾਨ ਲਿਆਂਦਾ ਜਾਏ। ਇਹਨਾਂ ਸਿਧਾਂਤਾਂ 'ਤੇ ਈਮਾਨ ਲਿਆਉਣਾ ਹੀ ਕਾਫੀ ਨਹੀਂ ਬਲਕਿ ਉੱਤਮ ਜਗਿਆਸਾ ਇਹ ਹੈ ਕਿ ਇਹਨਾਂ ਸਿਧਾਂਤਾਂ ਨੂੰ ਸੱਤ ਕਰਕੇ ਮੰਨਦਿਆਂ ਹੋਇਆਂ ਇਹਨਾਂ ਦੇ ਆਦਰਸ਼ੀ ਔਜ ਉੱਤੇ ਅਪਣਨ ਲਈ ਗੁਰਬਾਣੀ ਦੇ ਹੁਕਮਾਂ ਅਨੁਸਾਰ ਅਮਲੀ ਜੀਵਨ ਜਿਆਵਣੀ ਘਾਲਣਾ ਘਾਲੀ ਜਾਵੇ। ਪਰਮਾਰਥੀ ਸਿਧਾਂਤਾਂ ਦੀ ਸੱਚ ਪਤਿਆਰਣੀ ਪਤੀਜ ਤਾਂ ਇਸ ਔਜ 'ਤੇ ਅਪੜਿਆਂ ਹੀ ਆਉਂਦੀ ਹੈ ਪਰ ਤੱਤ ਪਰਮਾਰਥੀ ਮੰਜ਼ਿਲ ਦੀ ਔਜ ਅਤੇ ਅਪੜਿਆ ਹੋਇਆਂ ਦੀ ਸ਼ਾਖਾ ਵੀ ਇਸ ਸੰਬੰਧੀ ਸ਼ਰਧਾ ਉਪਜਾਉਣ ਅਤੇ ਈਮਾਨ ਲਿਆਉਣ ਲਈ ਬਹੁਤ ਸਹਾਈ ਹੈ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲਹਿ ਜੋ ਪੇਖ ਹੈ ਆਖੀ ਵਾਲਾ ਗੁਰਵਾਕ ਗੁਰਸਿੱਖ ਜਗਿਆਸੂਆਂ ਨੂੰ ਇਹ ਸ਼ਰਧਾਉਂਦਾ ਹੈ ਕਿ ਸਰਬੱਕ ਮਹਾਂਪੁਰਸ਼ਾਂ ਸੰਤ ਸਿਰ ਸੱਚੇ ਸੰਤਾਂ ਧੁਰੋਂ ਪਠਾਏ ਗੁਰਸੰਤਾਂ ਨੇ ਜੋ ਕੁਛ ਧੁਰੋਂ ਧੁਰਾਏ ਗੁਰਬਾਣੀ ਦੁਆਰਾ ਉਚਾਰਿਆ ਹੈ ਸੋ ਤੱਤ ਵਾਸਤਵ ਸੱਚੀ ਸਾਖਾ ਭਰੀ ਹੈ, ਉਸ ਵਿੱਚ ਰੰਚਕ ਵੀ ਸੰਸਾ ਸੰਦੇਹ ਨਹੀਂ। ਸਿੱਖ ਜਗਿਆਸੂ ਦੀ ਸ਼ਰਧਾ ਜਦੋਂ ਇਸ ਸੰਸੇ ਤੋਂ ਅਗਾਹਾਂ ਨਿਖਰ ਤੁਰੀ, ਜਦ ਦੂਜਾ ਕਦਮ ਉਹ ਸ਼ਰਧਾਲੂ ਜਨ ਜੋ ਚੁੱਕੇਗਾ ਉਹ ਉਸ ਸੱਚਾਈ ਵਾਲੇ ਆਦਰਸ਼ਕ ਔਜ 'ਤੇ ਅਪੜਨ ਲਈ ਸ਼ਰਧਾ ਭਰੇ ਉਮਾਹਿਆਂ ਵਾਲਾ ਹੋਵੇਗਾ। ਇਸ ਦਾ ਸੇਤੀ ਸਰਤੰਤ
ਹੋ ਕੇ ਹੀ ਸਿੱਖ ਜਗਿਆਸੂ ਦੀ ਅਭਿਆਸ ਕਮਾਈ ਸਫਲ ਫਲਾਈ ਹੋ ਸਕਦੀ ਹੈ। ਸਫਲ ਕਮਾਈਆਂ ਵਾਲੀ ਘਾਲਣਾ ਦੇ ਘਾਲਣ ਹਾਰੇ ਸ਼ਰਧਾਲੂ ਜਨਾਂ ਨੂੰ ਆਦਰਸ਼ਕ ਔਜ ਉੱਤੇ ਅਪੜਨ ਲਈ ਦੀ ਸਮਰੱਥਾ ਪ੍ਰਾਪਤ ਹੁੰਦੀ ਹੈ। ਜਿਨ੍ਹਾਂ ਗੁਰਮੁਖ ਪਿਆਰਿਆਂ ਗੁਰੂ ਦੁਲਾਰਿਆਂ ਨੂੰ ਗੁਰੂ ਨਦਰ ਕਰਮੀ ਇਹ ਸਫਲਤਾ ਹੋ ਜਾਂਦੀ ਹੈ, ਉਹੀ ਦਸਮ ਦੁਆਰ ਦੀ ਵਿਖਮ ਆਨੰਦ ਖੇਡ ਦੇ ਖਿਡਾਰੀ ਹੋ ਕੇ ਅਨਹਤ ਸ਼ਬਦ ਦੀ ਪਰਮ ਪਤਿਆਰੀ ਤੱਤ ਲਖਤਾ ਨੂੰ ਪ੍ਰਾਪਤ ਹੁੰਦੇ ਹਨ। ਦਸਮ ਦੁਆਰ ਦੀ ਅਨਹਦ ਆਨੰਦੀ ਮੌਜ ਨੂੰ ਮਾਨਣ ਹਾਰੇ ਇਸ ਮੌਜ ਨੂੰ ਮਾਣਦੇ ਹਨ, ਲਖਦੇ ਹਨ ਪਰ ਲਖਾਉਂਦੇ ਨਹੀਂ, ਨਿਰਖਦੇ ਹਨ ਪਰ ਨਿਰਖਾਉਂਦੇ ਨਹੀਂ। ਲਖਾਵਣ ਨਿਰਖਾਵਣ ਲਈ ਉਹਨਾਂ ਦੀ ਪਰੋਖੋਂ ਹੀ ਨਹੀਂ ਰਹਿੰਦੀ। ਅਨਹਦ ਸ਼ਬਦ ਦੀ ਅਨਹਦਤਾ ਵਿੱਚ ਸਮਾਈ ਰੱਖਣ ਵਾਲਿਆਂ ਗੁਰਸਿੱਖਾਂ ਦੀ ਬੜੀ ਮਾਣਾਈ ਹੈ। ਜਣਾਉਂਦੇ ਨਹੀਂ, ਅਲੱਖ ਨੂੰ ਲੱਖ ਕੇ ਲਖਾਉਂਦੇ ਨਹੀਂ। ਅਨਹਦ ਸ਼ਬਦ ਅਤੇ ਦਸਮ ਦੁਆਰ ਦੀ ਖੇਡ ਨੂੰ ਖਿਲਾਉਣ ਬਣਾਉਣ ਹਾਰੇ ਬਾਜ਼ਾਰੀਆਂ ਪਰਪੰਚ ਮਤਾਰੀਆਂ ਨੇ ਇਹ ਆਪਣਾ ਸੇਵਾ ਹੀ ਬਣਾ ਛੱਡਿਆ ਹੋਇਆ ਹੈ ਕਿ ਮਨ ਮਸਤਰੀ ਹੋ ਕੇ ਅਨਹਦ ਸ਼ਬਦ ਅਤੇ ਦਸਮ ਦੁਆਰ ਦੀ ਪਹੁੰਚ ਦੀਆਂ ਡਿੰਗਾਂ ਮਾਰਨ ਲੱਗ ਪੈਂਦੇ ਹਨ। ਅੰਦਰ ਉਹਨਾਂ ਦੇ ਕੱਖ ਨਹੀਂ ਹੁੰਦਾ, ਫੋਕੀਆਂ ਟਾਰਾਂ ਮਾਰ ਕੇ ਲੋਕਾਂ ਨੂੰ ਫਸਲਾਉਂਦੇ ਹਨ। ਤਿੰਨਾਂ ਫੋਕਟ ਧਰਮੀਆਂ ਦੀ ਫੋਕਟਤਾ ਨੂੰ ਖੰਡਨ ਕਰਨ ਦੇ ਥਾਂ ਉਕਤ ਪਾਖੰਡ ਮਤ ਅਵਲੰਬੀਆਂ ਦੇ ਪਾਖੰਡ ਨੂੰ ਖੰਡਨ ਹਾਰੇ ਉਲਟਾ ਅਨਹਦ ਸ਼ਬਦ ਨੂੰ ਖੰਡਨ ਕਰਨ ਦੇ ਵਹਿਣ ਵਿੱਚ ਪੈ ਜਾਂਦੇ ਹਨ। ਗੁਰਮਤਿ ਸਿਧਾਂਤ ਅਵਲੰਬੀ ਵੀ ਇਸ ਵਹਿਣ ਵਿੱਚ ਰੁੜ ਜਾਂਦੇ ਹਨ। ਖੰਡਨ ਮੰਡਨ ਦੀ ਖਲਜਗਣ ਉਹਨਾਂ ਤੋਂ ਨਿਜਮਤ ਗੁਰਮਤਿ ਦਾ ਖੰਡਨ ਕਰਾ ਲੈਣ ਦੀ ਮਨਮਤ ਵੀ ਕਰਾ ਲੈਂਦੀ ਹੈ। ਇੱਥੋਂ ਤਾਈਂ ਕਿ ਉਹਨਾਂ ਦੀ ਅਨਹਦ ਸ਼ਬਦ ਗੁਰਮਤਿ ਸਿਧਾਂਤ ਉੱਤੋਂ ਸ਼ਰਧਾ ਹੀ ਰਹਿ ਖੜਾਉਂਦੀ ਹੈ। ਗੁਰਮਤਿ ਤੋਂ ਕੁੱਥਿਆਂ ਆਨਮਤੀਆਂ ਨੂੰ ਤਾਂ ਦਸਮ ਦੁਆਰ ਦੀ ਖੇਡ ਦਾ ਪਤਾ ਲੱਗਣਾ ਹੀ ਅਸੰਭਵ ਹੈ। ਉਹਨਾਂ ਨੂੰ ਤਾਂ ਤੀਨ ਕਾਲ ਅਨਹਦ ਸ਼ਬਦ ਦੀ ਪ੍ਰਾਪਤੀ ਹੀ ਨਹੀਂ ਹੁੰਦੀ। ਉਹਨਾਂ ਪ੍ਰਤੀ ਤਾਂ ਠੀਕ ਇਹ ਗੁਰਵਾਕ ਘਟਦਾ ਹੈ, ਅੱਖੀ ਤਾਂ ਮਿੱਟ ਹੈ ਨਾਕ ਪਕੜ ਹੈ, ਠੱਗਣ ਕੋ ਸੰਸਾਰ ਰਹਾਓ, ਆਂਟ ਸੇਤੀ ਨਾਕ ਪਕੜ ਹੈ, ਸੂਝ ਤੇ ਤਿੰਨ ਲੋ, ਮਗਰ ਪਾਛੈ ਕਛ ਨਾ ਸੂਝੈ, ਇਹੋ ਪਦਮ ਅਲੋ। ਤਿੰਨਾਂ ਘੁੱਗੂ ਮੱਟ ਵਾਸੀਆਂ ਨੂੰ ਤਾਂ ਕੰਨਾਂ ਦੀ ਘੂੰ ਘੂੰ ਹੀ ਅਨਹਦ ਸ਼ਬਦ ਦੇ ਭੁਲੇਖੇ ਵਿੱਚ ਭੁਚਲਾਈ ਫਿਰਦੀ ਹੈ। ਉਹ ਬੱਪੜੇ ਜੀਵ ਆਪਣਾ ਲੋਕ ਪਰਲੋਕ ਵਿਗਾੜ ਲੈਂਦੇ ਹਨ। ਇਹਨਾਂ ਪ੍ਰਪੰਚੀਆਂ ਅਤੇ ਅਨਹਦ ਸ਼ਬਦ ਦੇ ਪਰੋਚ ਪ੍ਰਗਟਾਰੀਆਂ ਨੇ ਗੁਰਸਿੱਖਾਂ ਨੂੰ ਭੁਚਲਾਉਣ ਭਰਮਾਉਣ ਲਈ ਗੁਰਬਾਣੀ ਵਿੱਚੋਂ ਹੀ ਅਨਹਦ ਸ਼ਬਦ ਅਤੇ ਦਸਮ ਦੁਆਰ ਦੇ ਸ਼ਬਦ ਗੁਰਵਾਕ ਚੁਰਾ ਕੇ ਬਾਜ਼ਾਰ ਖਿਲਾਰ ਛੱਡਿਆ ਹੈ। ਪਰ ਦੂਜੇ ਪਾਸੇ ਗੁਰਬਾਣੀ ਦੇ ਸ਼ਰਧਾਲੂ ਅਨੇਕਾਂ ਗੁਰਸਿੱਖ ਐਸੇ ਹਨ ਜਿਨ੍ਹਾਂ ਨੇ ਇਹਨਾਂ ਪ੍ਰਪੰਚੀਆਂ ਦੀ ਪ੍ਰਮਾਣ ਪ੍ਰਪਾਟੀ ਤੋਂ ਖੁਣਸਾਉਂਦਿਆਂ ਹੋਇਆ ਅਨਹਦ ਸ਼ਬਦ ਪ੍ਰਥਾਏ ਪ੍ਰਮਾਣੇ ਗੁਰਮਤ ਪ੍ਰਮਾਣਾਂ ਦੇ ਤੱਤ ਭਾਵ ਦੀ ਵਾਸਤਵੀ ਸੱਚਾਈ ਤੋਂ ਮੁਨਕਰ ਹੋਣ ਦਾ ਵਤੀਰਾ ਅਖਤਿਆਰ ਕਰ ਲਿਆ ਹੈ। ਉਹਨਾਂ ਦੀ ਬੁੱਧੀ ਅੰਦਰ ਵਿਤੰਡਾਵਾਦ ਦੀ ਖਲ ਜਗਣ ਤੋਂ ਉਪੰਨੀ ਭਰਮ ਅਗਿਆਨ ਦੀ ਤਿਮਰਤਾ ਛਾਈ ਹੋਈ ਹੈ। ਉਹ ਆਪਣੇ ਆਪ ਨੂੰ ਗੁਰਬਾਣੀ ਦੇ ਅਨਿੰਨ ਸ਼ਰਧਾਲੂ ਜਣਾਉਂਦੇ ਹੋਏ ਵੀ ਅਨਹਦ ਸ਼ਬਦ ਦੀ ਅਹਿਮੀਅਤ ਤੋਂ ਆਕੀ ਹਨ। ਗੁਰਬਾਣੀ ਦੇ ਸ਼ਰਧਾਲੂ ਸਿੱਖ ਜਗਿਆਸੂਆਂ ਦੀ ਅਨਿੰਨ ਸ਼ਰਧਾ ਇਸੇ ਗੱਲ ਵਿੱਚ ਹੈ ਕਿ ਜੋ ਕੁਛ ਗੁਰਬਾਣੀ ਕਹੇ ਤਿਸ ਨੂੰ ਸੱਤ ਸੱਤ ਕਰਕੇ ਮੰਨਣ ਅਤੇ ਉਸ ਦੇ ਅਨੁਸਾਰ ਅਤੇ ਅਨੁਕੂਲ ਹੋ ਕੇ ਕਾਰ ਕਮਾਵਣ। ਜਿੱਥੇ ਜਿੱਥੇ ਵੀ ਗੁਰਬਾਣੀ ਅੰਦਰ ਗੰਭੀਰ ਪਰਮਾਰਥਕ ਵਿਸ਼ੇ ਪ੍ਰਥਾਏ ਅਜਿਹੇ ਗੂੜ ਆਸ਼ੇ ਬਣ ਹੋਏ ਹਨ ਜਿਨ੍ਹਾਂ ਨੂੰ ਅਪੜਨ ਦੀ ਅਲਪਗ ਬੁੱਧੀ ਨੂੰ ਗਮਤਾ ਪ੍ਰਾਪਤ ਨਹੀਂ, ਉਹਨਾਂ ਦੀ ਸੱਚਾਈ ਅਤੇ ਹੋਂਦ ਤੋਂ ਮੁਨਹਰਫ ਹੋਣਾ ਉਚਿਤ ਨਹੀਂ। ਤਿੰਨਾਂ ਗਹਿਰ ਗੰਭੀਰ ਗੁਰਮਤਿ ਆਸ਼ਿਆਂ ਦੀ ਸੱਚਾਈ ਦਾ ਭੇਦ ਉਦੋਂ ਖੁੱਲ੍ਹੇਗਾ ਜਦੋਂ ਹੁਕਮਨ ਸਿਰ ਹੁਕਮ ਗੁਰਮਤਿ ਨਾਮ ਦੀ ਕਮਾਈ ਕਰਦਿਆਂ ਹੋਇਆਂ ਦਸਮ ਦੁਆਰ ਦੀ ਖੇਡ ਵਾਲੀ ਅਨਹਦ ਸ਼ਬਦ ਦੀ ਦਸ਼ਾ ਉਹਨਾਂ ਉੱਤੇ ਵਾਪਰੇਗੀ। ਜਿਨ੍ਹਾਂ ਉੱਤੇ ਵਾਪਰੀ ਹੈ ਉਹੀ ਅਨਹਦ ਸ਼ਬਦ ਦੀ ਸਾਰ ਨੂੰ ਜਾਣਦੇ ਹਨ, ਬਿਨਾਂ ਵਾਪਰੇ ਪ੍ਰਤੀਤ ਨਹੀਂ ਉਪਜਦੀ। ਦਸਮ ਦੁਆਰ ਕਦੋਂ ਖੁੱਲ੍ਹਦਾ ਹੈ? ਦਸਮ ਦੁਆਰ ਦੀ ਅਨਹਦ ਸ਼ਬਦੀ ਖੇਡ ਵਰਤਦੀ ਹੈ ਤਾਂ ਕੇਵਲ ਗੁਰੂ ਘਰ ਅੰਦਰ ਹੀ ਵਰਤਦੀ ਹੈ।
ਕੇਵਲ ਗੁਰਮਤ ਗ੍ਰਹਿਣ ਕੀਤਿਆਂ ਹੀ ਵਰਤਦੀ ਹੈ। ਆਨ ਮਤਾਂ ਅੰਦਰ ਤੇ ਆਨ ਮਤਾਂ ਦੀਆਂ ਪੁਸਤਕਾਂ ਅੰਦਰ ਤਤ ਗੁਰਮਤ ਦਰਸਾਏ ਅਨਹਦ ਸ਼ਬਦ ਦਾ ਮੁਸ਼ਕ ਵੀ ਨਹੀਂ ਪਾਇਆ ਜਾਂਦਾ। ਵਾਸਤਵ ਬਾਤ ਤਾਂ ਇਹ ਹੈ ਕਿ ਅਨਹਦ ਸ਼ਬਦ ਵਾਲੀ ਗੱਲ ਗੁਰਮਤ ਉੱਤੇ ਚੱਲੇ ਬਾਝੋਂ ਪੇਖੀ ਪਰਖੀ ਹੀ ਨਹੀਂ ਜਾ ਸਕਦੀ। ਪਹਿਲਾਂ ਪੱਕੀ ਗੱਲ ਤਾਂ ਇਹ ਹੈ ਕਿ ਇਹ ਦਹਿਦਿਸਧਾਮ ਦਾ ਮਨੁਆ ਆਨ ਮਤਾਂ ਦੇ ਦੱਸੇ ਉਪਾਵਾਂ ਦੁਆਰਾ ਵਸ ਹੀ ਨਹੀਂ ਆਉਂਦਾ। ਜੇ ਵਸ ਆਉਂਦਾ ਹੈ ਤਾਂ ਗੁਰਮਤ ਗ੍ਰਹਿਣ ਧਾਰਨ ਕੀਤਿਆਂ, ਪੂਰਨ ਗੁਰਮਤ ਆਸ਼ੇ ਅਨੁਸਾਰ ਗੁਰੂ ਧਾਰਨ ਕੀਤਿਆਂ ਅਤੇ ਸੱਚੇ ਸਤਿਗੁਰੂ ਦੀ ਸੱਚੀ ਪ੍ਰਾਪਤੀ ਹੋਇਆਂ ਹੀ ਵਸ ਆਉਂਦਾ ਹੈ, ਅਤੇ ਮਨ ਵਸ ਆਏ ਵਾਝੋਂ ਦਸਵਾਂ ਦੁਆਰ ਨਹੀਂ ਖੁੱਲ੍ਹਦਾ, ਨਾ ਹੀ ਅਨਹਦ ਸ਼ਬਦ ਦੀ ਖੇਡ ਵਰਤਦੀ ਹੈ। ਇਹ ਗੁਰਵਾਕ ਪ੍ਰੋੜਤਾ ਕਰਦਾ ਹੈ। ਸਤਿਗੁਰ ਮਿਲੇ ਧਾਵਤ ਥੰਮਿਆ, ਨਿਜ ਘਰ ਵਸਿਆ ਆਏ, ਨਾਮ ਵਿਹਾਜੇ ਨਾਮ ਲਏ ਨਾਮ ਰਹੇ ਸਮਾਏ। ਧਾਵਤ ਥੰਮਿਆ ਸਤਿਗੁਰ ਮਿਲਿਆ ਦਸਵਾਂ ਦੁਆਰ ਪਾਇਆ, ਤਿੱਥੇ ਅੰਮ੍ਰਿਤ ਭੋਜਨ ਸਹਿਜ ਧੁਨ ਉਪਜੈ, ਜਿਤ ਸ਼ਬਦ ਜਗਤ ਥੰਮ ਰਹਾਇਆ, ਤਹਿ ਅਨੇਕ ਵਾਜੇ ਸਦਾ ਆਨੰਦ ਹੈ ਸੱਚੇ ਰਹਿਆ ਸਮਾਏ। ਇਉਂ ਕਹਿ ਨਾਨਕ ਸਤਿਗੁਰ ਮਿਲਿਆ ਧਾਵਤ ਥੰਮਿਆ ਨਿਜ ਘਰ ਵਸਿਆ ਆਏ। ਦੇਖੋ ਇਸ ਗੁਰਵਾਕ ਦਾ ਤੱਤ ਪਰਮਾਰਥ ਜੋ ਗੁਰਮੁਖਾਂ ਦੀ ਆਤਮ ਦਸ਼ਾ ਦਾ ਵਾਪਰਿਆ ਹੋਇਆ ਸ਼ਾਹ ਦੇ ਹਾਲ ਵਰਣਨ ਹੈ। ਮੁੱਢਲੀ ਗੱਲ ਜੋ ਇਹ ਗੁਰਵਾਕ ਨਿਸ਼ਚਿਤ ਕਰਾਉਂਦਾ ਹੈ ਇਹ ਹੈ ਕਿ ਆਮ ਆਦਮੀਆਂ ਸਮੂਹ ਸੰਸਾਰੀਆਂ ਦਾ ਦਹਿਦਿਸਤਾ ਬੰਦਾ ਹੋਇਆ ਮਨ ਜੇ ਵਸਗਤ ਆਉਂਦਾ ਵੀ ਹੈ ਜੇ ਵਸਗਤ ਆਉਂਦਾ ਹੈ ਅਰਥਾਤ ਅਨੇਕ ਪ੍ਰਕਾਰ ਚਲਾਇਮਾਨ ਹੋਣੋਂ ਜੇਕਰ ਥੰਮਿਆ ਰਹਿ ਸਕਦਾ ਹੈ ਤਾਂ ਸਤਿਗੁਰ ਦੇ ਮਿਲਿਆ ਹੀ ਥੰਮਿਆ ਰਹਿ ਸਕਦਾ ਹੈ, ਐਵੇਂ ਕਦਾਚਿਤ ਨਹੀਂ। ਮਨ ਦੇ ਥੰਮਣ ਨੂੰ ਮੈਡੀਟੇਸ਼ਨਸ ਅਤੇ ਕੌਨਸਨਟ੍ਰੇਸ਼ਨਸ ਸਭ ਅਸਮਰੱਥ ਹਨ। ਯੋਗ ਆਸਣ ਸਮਾਧੀਆਂ ਆਦਿ ਸਭ ਨਿਸਫਲ ਹਨ। ਕੇਵਲ ਸਤਿਗੁਰ ਦੀ ਸ਼ਰਨ ਆਇਆ ਸਤਿਗੁਰ ਨੂੰ ਮਿਲਿਆ ਪ੍ਰਾਪਤ ਕੀਤਿਆਂ ਹੀ ਧਾਵਤ ਮਨੁਆ ਥੰਮਿਆ ਜਾ ਸਕਦਾ ਹੈ। ਸੱਚੇ ਸਤਿਗੁਰ ਸ਼੍ਰੀ ਗੁਰੂ ਨਾਨਕ ਦਸ਼ਮੇਸ਼ ਜੀ ਵਾਜੋਂ ਅਤੇ ਦਸਾਂ ਗੁਰੂ ਸਾਹਿਬਾਨ ਦੇ ਜੋਤ ਨਿਰੰਜਨੀ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਸਤਿਗੁਰ ਦੀ ਪਰਮ ਪਦਵੀ ਹੋਰ ਕਿਸੇ ਦੇਹਧਾਰੀ ਨੂੰ ਪ੍ਰਾਪਤ ਨਹੀਂ, ਨਾ ਪਿੱਛੇ ਹੋਈ ਹੈ ਨਾ ਅੱਗੇ ਨੂੰ ਹੋਵੇਗੀ। ਪਾਠ ਪੜ੍ਹਿਓ, ਅਰਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ ਵਾਲਾ ਸਾਰਾ ਗੁਰਵਾਕ ਵੀ ਇਸੇ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਅਨੇਕ ਪ੍ਰਕਾਰ ਦੇ ਆਨ ਮਤ ਉਕਸਾਏ ਕਰਮਾਂ ਦੁਆਰਾ ਅਤੇ ਮਨ ਦੇ ਪੰਜ ਵਿਕਾਰਾਂ ਤੋਂ ਛੁਟਕਾਰਾ ਨਹੀਂ ਹੁੰਦਾ, ਸਗੋਂ ਉਕਤ ਆਨਮਤ ਕਰਮਾਂ ਦੇ ਕਾਰਨ ਕਰਕੇ ਹੋਰ ਅਹਿਮ ਬੁੱਧ ਵੱਧਦੀ ਹੈ। ਮਨ ਦੀ ਦੁਬਿਧਾ ਛੁਟਕਦੀ ਨਹੀਂ, ਭਾਵੇਂ ਲੱਖ ਯਤਨ ਕੀਤੇ ਕਰਾਏ ਜਾਣ, ਪਰ ਆਨਮਤ ਕਰਮਾਂ ਦੁਆਰਾ ਮਨ ਦੀ ਮੈਲ ਨਹੀਂ ਉਤਰਦੀ। ਆਨਮਤ ਕਰਮਾਂ ਦੀਆਂ ਅਨੇਕ ਪ੍ਰਕਾਰੀ ਸਾਧਨਾ ਹਉਮੈ ਦੇ ਬੰਧਨਾਂ ਵਿੱਚ ਹੀ ਮਨ ਨੂੰ ਬੰਨ੍ਹ ਦਿੰਦੀਆਂ ਹਨ। ਸਤਿਗੁਰੂ ਨਾਨਕ ਦੇਵ ਜੀ ਦੇ ਤੀਜੇ ਸਰੂਪ ਸੱਚੇ ਗੁਰੂ ਪਾਤਸ਼ਾਹ ਇਸ ਗੱਲ ਦੀ ਸਾਖਾ ਭਰਦੇ ਹਨ ਕਿ ਸਤਿਗੁਰ ਮਿਲਿਆ ਧਾਵਤ ਥੰਮਿਆ। ਕੇਵਲ ਸੱਚੇ ਧੁਰੋਂ ਆਏ ਸਤਿਗੁਰੂ ਦੇ ਮਿਲਿਆ ਹੀ ਧਾਵਤ ਮਨੁਆ ਥੰਮਿਆ ਜਾ ਸਕਦਾ ਹੈ, ਅਤੇ ਥੰਮਿਆ ਜਾ ਕੇ ਆਪਣੇ ਜੋਤ ਸਰੂਪੀ ਮੂਲ ਘਰ ਵਿੱਚ ਆਣ ਅਸਥਿਤ ਹੁੰਦਾ ਹੈ, ਕਿਉਂਕਿ ਸਤਿਗੁਰੂ ਮਿਲਣ ਕਰਕੇ ਨਾਮ ਗੁਰਮੰਤਰ ਦੀ ਪ੍ਰਾਪਤੀ ਹੁੰਦੀ ਹੈ, ਅਤੇ ਨਾਮ ਗੁਰਮੰਤਰ ਦੀ ਅਤੁੱਟ ਪਕਿਆਈ ਕੀਤਿਆਂ ਹੀ ਨਾਮ ਦੇ ਜੋਤ ਸਰੂਪੀ ਸਰੂਪ ਵਿੱਚ ਸਮਾਈ ਹੁੰਦੀ ਹੈ। ਤਰਸ ਵਿਗਾਸ ਵਿੱਚ ਲੀਨ ਹੋਇਆ ਹੀ ਦਹਿਦਿਸਤਾ ਬੰਦਾ ਮਨੁਆ ਧਾਵਤ ਥੰਮਿਆ ਜਾਂਦਾ ਹੈ, ਮਨ ਦੀਆਂ ਧਾਵਨੀਆਂ ਦਾ ਅਭਾਵ ਹੋ ਜਾਂਦਾ ਹੈ। ਇਸ ਵਿਧ ਸਤਿਗੁਰ ਦੁਆਰਾ ਨਾਮ ਗੁਰਮੰਤਰ ਦੀ ਪ੍ਰਾਪਤੀਓਂ ਉਪੰਨੀ ਨਾਮ ਅਭਿਆਸ ਕਮਾਈ ਦੁਆਰਾ ਜਦ ਮਨੁਆ ਧਾਵਤ ਥੰਮਿਆ ਜਾਂਦਾ ਹੈ ਅਤੇ ਮਨ ਦੀਆਂ ਧਾਵਨੀਆਂ ਦਾ ਅਭਾਵ ਹੋ ਜਾਂਦਾ ਹੈ, ਤਦ ਫਿਰ ਧਾਵਤ ਥੰਮਿਆ ਸਤਿਗੁਰ ਮਿਲਿਆ ਦਸਵਾਂ ਦੁਆਰ ਪਾਇਆ ਵਾਲੀ ਦਸਮ ਦੁਆਰ ਖੁੱਲ੍ਹਣ ਵਾਲੀ ਅਲੌਕਿਕ ਖੇਲ ਵਰਤ ਜਾਂਦੀ ਹੈ, ਅਤੇ ਦਸਮ ਦੁਆਰ ਪ੍ਰਾਪਤੀ ਵਾਲੀ ਵਿਵਸਥਾ ਵਿੱਚ ਇਹ ਵਰਤਾਰਾ ਵਰਤਦਾ ਹੈ, ਤਿੱਥੇ ਅੰਮ੍ਰਿਤ ਭੋਜਨ ਸਹਿਜ ਧੁਨ ਉਪਜੈ। ਦਸਮ ਦੁਆਰ ਦੀ ਵਿਵਸਥਾ ਪ੍ਰਾਪਤ ਹੋਣ ਪਰ ਅੰਮ੍ਰਿਤ ਆਹਾਰੀ ਭੋਜਨ ਦੀ ਆਤਮ ਆਧਾਰੀ ਬਹਾਰ ਵੱਧ ਜਾਂਦੀ ਹੈ, ਅਤੇ ਸਹਿਜ ਧੁਨਕਾਰੀ ਰੁਣ ਚੁਣਕਾਰ ਅਗੰਮੀ ਅੰਮ੍ਰਿਤ ਬਾਣੀ ਦੇ ਕੀਰਤਨ ਦੀਆਂ ਅੰਮ੍ਰਿਤ ਨਾਮ ਦੇ ਲਲਿਤ ਲਿਵਤਾਰੀ
ਬਿਸਮ ਵਿਨੋਦ ਨਾਂ ਦੀ ਸੁਣਾਈ ਦੇਣ ਲੱਗ ਪੈਂਦੀ ਹੈ। ਦਸਮ ਦੁਆਰ ਖੁੱਲ੍ਹਣ ਦੀਆਂ ਨਿਸ਼ਾਨੀਆਂ ਅੰਮ੍ਰਿਤਧਾਰ ਅਤੇ ਅਨਹਦ ਧੁਨੀ। ਦਸਮ ਦੁਆਰ ਖੁੱਲ੍ਹਣ ਦੀਆਂ ਦੋ ਪੱਕੀਆਂ ਨਿਸ਼ਾਨੀਆਂ ਹਨ। ਇੱਕ ਤਾਂ ਇਹ ਹੈ ਕਿ ਅੰਮ੍ਰਿਤਧਾਰ ਅਤ ਨਿਰਮਲ ਚੋਣ ਲੱਗ ਪੈਂਦੀ ਹੈ, ਦੂਜੇ ਅਤ ਅਚਰਜ ਸਵਾਦ ਵਾਲੀ ਅਨਹਦ ਧੁਨੀ ਦਾ ਬਿਸਮਾਦ ਰੰਗਾਂ ਵਾਲਾ ਅਗੰਮੀ ਨਾਦ ਸੁਣਨ ਲੱਗ ਪੈਂਦਾ ਹੈ। ਇਹ ਦੂਈ ਆਤਮ ਆਨੰਦੀ ਘਟਨਾਵਾਂ ਤੱਤ ਲਖਤਾਵੀ ਤੱਤ ਵਾਪਰਨੀਆਂ ਪ੍ਰਤੱਖ ਵੇਖਣ ਸੁਣਨ ਵਿੱਚ ਆਈਆਂ ਅਤੇ ਆਉਣ ਯੋਗ ਸਹਿਜ ਵਿਵਸਥਾਵਾਂ ਹਨ। ਕੋਈ ਖਿਆਲੀ ਅਤੇ ਕਿਆਸੀ ਕਿਆਫੇ ਨਹੀਂ। ਕਾਇਆਗੜ੍ਹ ਕੋਟ ਮਹਿਲ ਮੰਦਰ ਘਰ ਅੰਦਰ ਸਾਂਗੂ ਪਾਂਗ ਵਾਪਰੇ ਸੰਵਾਪਰੇ ਜਾਗਰਤ ਸਾਵਧਾਨਤਾ ਦੇ ਸਾਕਸ਼ਾਤ ਕੀਤੇ ਪ੍ਰਤੱਖ ਨਜ਼ਾਰੇ ਹਨ। ਗੁਰਮਤ ਨਾਮ ਦੀ ਅਤੁੱਟ ਕਮਾਈ ਦੇ ਪ੍ਰਭਾਵ ਕਰ ਜਦੋਂ ਉਲਟਿਓ ਕਮਲ ਬ੍ਰਹਮ ਵਿਚਾਰ ਵਾਲਾ ਅੰਕੁਰ ਸਫੁੱਟ ਹੁੰਦਾ ਹੈ ਅਤੇ ਤਦੋਂ ਅੰਮ੍ਰਿਤਧਾਰ ਗਗਨ ਦਸ ਦੁਆਰ ਵਾਲਾ ਝਰਨਾ ਝਰਦਾ ਹੈ ਅਤੇ ਅੰਮ੍ਰਿਤ ਭੋਜਨ ਕਰੇ ਅਹਾਰੀ ਦਾ ਪਰਚਾ ਪੈਂਦਾ ਹੈ ਅਤੇ ਗਗਨ ਰਸਾਲ ਚੁਐ ਮੇਰੀ ਭਾਠੀ ਸੰਚ ਮਹਾਂ ਰਸਤਨ ਭਇਆ ਕਾਠੀ। ਸੰਚ ਮਹਾਰਸ ਤਨ ਭਇਆ ਕਾਠੀ ਰੂਪੀ ਤੱਤ ਰਸ ਗਿਆਨ ਵਿਚਾਰ ਵਾਲੇ ਸਹਿਜ ਪਦ ਦਾ ਜ਼ਹੂਰ ਹੁੰਦਾ ਹੈ। ਇਹ ਸਾਰੀ ਚਲਤ ਕੌਤਕੀ ਖੇਡ ਕਾਇਆ ਅੰਦਰ ਹੀ ਹਸਤਾਮਲਵਤ ਵਰਤਦੀ ਹੈ। ਬਾਹਰਮੁਖੀ ਚਲਤ ਵਰਤਾਰਿਆਂ ਤੋਂ ਤਾਂ ਕੋਈ ਮੁਨਕਰ ਹੋ ਸਕਦਾ ਹੈ, ਪਰ ਘੱਟ ਅੰਤਰ ਵਾਪਰੇ ਕਾਇਆ ਨਗਰ ਨਿਕਟਾਪਰੇ ਸਾਕਸ਼ਾਤ ਕਾਰਿਆਂ ਨੂੰ ਕਿੰਤੂ ਹੋ ਹੀ ਨਹੀਂ ਸਕਦਾ। ਤਿਨ੍ਹਾਂ ਨੂੰ ਹੀ ਇਹ ਖੇਡ ਓਪਰੀ ਲੱਗਦੀ ਹੈ ਜਿਨ੍ਹਾਂ ਨੇ ਕਾਇਆ ਦੇ ਹੀ ਅੰਦਰ ਸੱਚਾ ਰਸ ਜੋਤ ਪ੍ਰਕਾਸ਼ ਆਨੰਦ ਦਾ ਲਹਿਰਾ ਨਹੀਂ ਮਾਣਿਆ ਹੁੰਦਾ। ਗੁਰਮਤਿ ਨਾਮ ਅਭਿਆਸ ਦੀ ਅਤੁੱਟ ਕਮਾਈ ਕਰਨ ਹਾਰਿਆਂ ਨੂੰ ਹੀ ਇਹ ਲਹਿਰੇ ਪ੍ਰਾਪਤ ਹਨ। ਤਿਨ੍ਹਾਂ ਦੀ ਕਾਇਆ ਅੰਮ੍ਰਿਤ ਰਸ ਨਾਲ ਸਰਸ਼ਾਰ ਹੁੰਦੀ ਹੈ। ਉਹ ਅੰਮ੍ਰਿਤ ਰਸ ਦੇ ਗਟਾਕ ਘੱਟ ਅੰਦਰੇ ਹੀ ਪੁੰਚ ਕੇ ਰਹਿੰਦੇ ਹਨ। ਉਹਨਾਂ ਦੇ ਘੱਟ ਅੰਦਰੋਂ ਹੀ ਖੂਟਾ ਅੰਮ੍ਰਿਤ ਭਰਿਆ ਉਮੜ ਉਮੜ ਪੈਂਦਾ ਹੈ। ਰਸ ਜੋਤ ਪ੍ਰਕਾਸ਼ ਦੀਆਂ ਕਿਰਨਾਂ ਅਭਿਆਸੀ ਜਨ ਦੀ ਕਾਇਆ ਨੂੰ ਕੰਚਨ ਵੰਨੀ ਕਰ ਦਿੰਦੀਆਂ ਹਨ। ਨਾਮ ਰਤਨੀ ਜੋਤ ਜਗੰਨੀ ਕੰਚਨ ਕਾਇਆ ਅੰਦਰ ਇੱਕ ਆਕਰਖਣ ਕਲਾ ਉਤਪੰਨ ਹੋ ਜਾਂਦੀ ਹੈ ਜੋ ਪੇਖਣ ਹਾਰਿਆਂ ਨੂੰ ਵੀ ਖਿੱਚਦੀ ਹੈ। ਇਸ ਦੇ ਕਾਰਨ ਇਹ ਕਾਇਆ ਅਤਿ ਸੁਹਾਵਣੀ ਅਤੇ ਪਿਆਰੀ ਲੱਗਦੀ ਹੈ। ਕਾਇਆ ਕੰਚਨ ਸਬਦੇ ਰਾਤੀ ਸੱਚੈ ਨਾਇ ਪਿਆਰੀ ਕਾਇਆ ਅੰਮ੍ਰਿਤ ਰਹੀ ਭਰਪੂਰੇ ਪਾਈਐ ਸਬਦ ਵੀ ਚਾਰੀ। ਕਾਇਆ ਅੰਦਰੇ ਅੰਮ੍ਰਿਤ ਦੇ ਗਟਾਕ ਭੋਜਣੇ ਹਨ ਪਰ ਪਾਈਐ ਸਬਦ ਵੀ ਚਾਰੀ ਦਾ ਕਲਾ ਕ੍ਰਿਸ਼ਮੀ ਕੌਤਕ ਵਰਤਿਆ ਭੁੰਜਣੇ ਹਨ। ਸ਼ਬਦ ਗੁਰਮੰਤਰ ਦੀ ਪਾਰਸ ਕਮਾਈ ਦੀ ਰਸਾਇਣੀ ਕਲਾ ਵਰਤਿਆਂ ਹੀ ਕਾਇਆ ਅੰਮ੍ਰਿਤ ਰਸ ਨਾਲ ਸਰਸਾਰ ਹੋ ਕੇ ਭਰਪੂਰ ਰਹਿੰਦੀ ਹੈ। ਇਹ ਡੁਲਕਾਓ ਡੱਕੋ ਡੱਕ ਭਰਪੂਰ ਸਦਾ ਲਬਰੇਜ਼ ਹੋ ਕੇ ਭਰਪੂਰ ਰਹਿੰਦਾ ਹੈ ਅਤੇ ਤਦੇ ਰਹਿੰਦਾ ਹੈ ਜਦੋਂ ਉੱਪਰੋਂ ਗਗਨੰਤਰੀ ਡੁੱਲ ਡੁੱਲ ਕਰਦੇ ਅਥਾਹ ਸੁਧਾ ਸਾਗਰੀ ਸਮੁੰਦਰੋਂ ਸਦਾ ਜਾਰੀ ਰਹਿਣ ਵਾਲੇ ਅੰਮ੍ਰਿਤ ਸੋਮੇ ਦਾ ਮੋਗਾ ਖੁੱਲ੍ਹ ਜਾਂਦਾ ਹੈ ਅਤੇ ਸਹਿਜ ਅਤੇ ਆਨੰਦ ਰਸ ਭਰਿਆ ਅਚਰਜ ਸਵਾਦ ਬਿਸਮਾਦੀ ਪ੍ਰਣਾਲਾ ਚੱਲਣਾ ਆਰੰਭ ਹੋ ਜਾਂਦਾ ਹੈ। ਅਜਰ ਜੀਰਾਂ ਦੀ ਕਾਇਆ ਵਿੱਚੋਂ ਇਹ ਛਲਕਣਾ ਨਹੀਂ ਪਾਉਂਦਾ। ਇਸ ਬਿਸਮਾਦ ਸਵਾਦ ਦੇ ਅਹਿਲਾਦ ਰਸ ਲੀਨ ਹੋ ਕੇ ਕਾਇਆ ਕਮਲੀਸ਼ਰੀ ਸੁਰਤੀ ਬਿਰਤੀ ਉੱਪਰਲੀਆਂ ਅਟਾਰੀਆਂ ਵਿਖੇ ਜਾ ਖੇਡਦੀ ਹੈ। ਜਦ ਤਾਈਂ ਰਸ ਧਰਾਪੀ ਸਵਿੱਚ ਨਾਭੇ ਵਿੱਚ ਦੱਬੀ ਰਹਿੰਦੀ ਹੈ ਸ਼ਬਦ ਸੁਰਤੇ ਦੀ ਸੁਰਤੀ ਜੋਤ ਜਗਨੀਸ਼ਰੀ ਦਿਵ ਮੰਡਲਾਂ ਵਿੱਚ ਹੀ ਆਨੰਦ ਮਾਣਦੀ ਰਹਿੰਦੀ ਹੈ ਅਤੇ ਅਕਹਿ ਰਸ ਅਹਿਲਾਦੀ ਅੰਮ੍ਰਿਤ ਭੋਜਨ ਪੁੰਚਦੀ ਰਹਿੰਦੀ ਹੈ। ਇਸ ਪਦ ਅਮਰਾਏ ਕੇ ਪਹੁੰਚ ਕੇ ਰਸਨਾ ਦੁਆਰਾ ਅੰਮ੍ਰਿਤ ਭੋਜਨ ਪੁੰਚੀਦਾ ਹੈ ਅਤੇ ਸਰਵਣਾ ਭਾਵ ਕੰਨਾਂ ਦੁਆਰਾ ਅਚਰਜ ਸਵਾਦ ਵਾਲੀ ਸਹਿਜ ਧੁਨੀ ਅੰਮ੍ਰਿਤ ਧੁਨਕਾਰ ਵਾਲੀ ਧੁਨੀ ਅਨਹਦ ਜੋਤ ਜੋ ਤੰਨਾ ਸ਼ਬਦ ਸੁਰਤੀ ਬਿਰਤੀ ਅਤੇ ਕਾਇਆ ਕ੍ਰਾਂਤੀ ਨੂੰ ਕਿਤੇ ਵੱਲ ਵੀ ਹਿੱਲਣ ਜੁੱਲਣ ਨਹੀਂ ਦਿੰਦਾ, ਸਾਰੇ ਸਰੀਰ ਆਕਾਰ ਨੂੰ ਥੰਮੇ ਰੱਖਦਾ ਹੈ। ਕੇਵਲ ਕਾਇਆ ਸਰੀਰ ਰੂਪੀ ਪਿੰਡ ਨੂੰ ਥੰਮੀ ਰੱਖਣ ਲਈ ਹੀ ਇਹ ਅਨਹਦ ਨਾਦ ਅਸੀਂ ਸ਼ਬਦ ਸ਼ਕਤੀ ਵੱਲ ਸਮਰੱਥਾ ਵਾਲਾ ਨਹੀਂ, ਬਲਕਿ ਇਹ ਗੱਲ
ਇਮ ਬਿਨ ਸੋਲਾਨ ਨੇ ਸਹੀ ਹੈ ਕਿ ਸਾਰਾ ਬ੍ਰਹਿਮੰਡ ਹੀ ਇਸ ਸ਼ਬਦ ਦਾ ਥੰਮਿਆ ਹੋਇਆ ਬਿਸਮਾਦ ਅਟੋਲਤਾ ਵਿੱਚ ਅਹਿਲ ਖੜੋਤਾ ਹੈ। ਸੋ ਦਸਮ ਦੁਆਰੜੀਆਂ ਅਨਹਦ ਨਾਦ ਅੰਸੀਆਂ ਅੰਮ੍ਰਿਤ ਨਾਮ ਰੂਪੀ ਸ਼ਬਦ ਨਾ ਸਿਰਫ ਪਿੰਡ ਸਰੀਰ ਨੂੰ ਹੀ ਥੰਮਣ ਨੂੰ ਸਮਰੱਥ ਹੈ, ਬਲਕਿ ਜਿਤ ਸ਼ਬਦ ਥੰਮ ਰਿਹਾ ਆ ਦੇ ਗੁਰਵਾਕ ਅਨੁਸਾਰ ਸਾਰੇ ਬ੍ਰਹਿਮੰਡ ਨੂੰ ਹੀ ਥੰਮੇ ਰੱਖਣ ਲਈ ਸ਼ਕਤ ਸੰਪੰਨ ਹੈ। ਇਹ ਸ਼ਬਦ ਉਹੀ ਹੈ ਜਿਸ ਨੇ ਸਾਰੇ ਖੰਡਾਂ ਬ੍ਰਹਿਮੰਡਾਂ ਨੂੰ ਥੰਮਿਆ ਹੋਇਆ ਹੈ। ਇਸ ਸ਼ਬਦ ਦੀ ਪਾਰਸ ਕਲਾ ਦਾ ਸਦਕਾ ਹੀ ਕਾਇਆ ਰੂਪੀ ਪਿੰਡ ਵਿਖੇ ਦਹਿ ਦੇ ਸਧਾਵਣ ਹਾਰਾ ਚੰਚਲ ਮਨ ਥੰਮਿਆ ਰਹਿੰਦਾ ਹੈ। ਕਲਾਧਾਰੀ ਸ਼ਬਦ ਗੁਰੂ ਦੀ ਅਸਥੰਮਨ ਕਲਾ ਨੂੰ ਕ੍ਰਿਸ਼ਮਾਉਣ ਲਈ ਇਸ ਪਾਰਸ ਨੂੰ ਸਪਰਸਾਉਣ ਦੀ ਜੁੰਬਸ਼ ਵਿੱਚ ਲਿਆਉਣਾ ਜ਼ਰੂਰੀ ਹੈ। ਅੰਮ੍ਰਿਤ ਭੋਜਨ ਪਹੁੰਚਾਉਣ ਹਾਰ, ਸਹਿਜ ਧੁਨ ਉਪਜਾਉਣ ਹਾਰ ਅਤੇ ਬ੍ਰਹਿਮੰਡ ਪਿੰਡ ਨੂੰ ਥੰਮ ਰਹਾਉਣ ਹਾਰ ਦਸਮ ਦੁਆਰੜੀ ਵਿਵਸਥਾ ਦੇ ਪ੍ਰਾਪਤ ਹੋਣ ਪਰ ਹੀ ਅਨਹਤ ਸ਼ਬਦ ਦੀ ਚੁਨਕਾਰ ਅਤੇ ਅਨਕੇ ਅਨੇਕ ਪ੍ਰਕਾਰ ਦੇ ਅਨਹਤੀ ਬਾਜਿਆਂ ਦੇ ਵੱਜਣ ਦੀ ਸਦੀਵੀ ਅਨਹਤ ਤਾਰ ਸੁਣਾਈ ਦਿੰਦੀ ਹੈ, ਪਰ ਦਿੰਦੀ ਜ਼ਰੂਰ ਹੈ। ਅਨਹਦ ਤਾਰ ਗਗਨੋਲਾ ਉਘਾੜ ਹੋਣ ਪਰ ਨਵ ਨਾਵ ਦਾ ਪੁਲਾੜ ਇੱਕ ਹੋ ਜਾਂਦਾ ਹੈ। ਇਹ ਸਭ ਕੁਛ ਨਾਮ ਅਭਿਆਸ ਦੀ ਜੋਤ ਚਮਤਕਾਰ ਕਲਾ ਦਾ ਜ਼ਹੂਰ ਹੈ, ਜੋ ਮ੍ਰਿਤਕ ਮੜੇ ਸਰੀਰ ਨੂੰ ਅੰਮ੍ਰਿਤ ਜੋਤ ਕਿਰਨਾਵਲੀ ਕੰਚਨ ਕਾਇਆ ਬਣਾ ਦਿੰਦਾ ਹੈ। ਤ੍ਰੈ ਗੁਣੀ ਸਰੀਰ ਅੰਦਰ ਮਾਦਾ ਪ੍ਰਸਤਾਂ ਨੂੰ ਤੁਰਿਆ ਗੁਣੀ ਦਿਵ ਲਤੀਫ ਆਤਮ ਜੋਤ ਅੰਸ ਦਾ ਅਨੁਮਾਨ ਮਾਤਰ ਲੱਗਣਾ ਵੀ ਅਸੰਭਵ ਹੈ। ਉਹ ਕੀ ਜਾਣਨ ਸਾਰ ਅਗਮ ਅਗੋਚਰ ਅਦ੍ਰਿਸ਼ਟ ਅਤੇ ਅਪਰੰਪਰ ਗੂੜ ਪਰਮਾਰਥੀ ਭੇਦਾਂ ਦੀ, ਜਿਨ੍ਹਾਂ ਤਾਈਂ ਉਹਨਾਂ ਦੀ ਰਾਈ ਮਾਤਰ ਵੀ ਪਹੁੰਚ ਨਹੀਂ। ਭਾਵੇਂ ਲੱਖ ਫਲਸਫੇ ਘੋਟ ਲੈਣ, ਸਾਇੰਸ ਮੰਤਕ ਵੇਦਕ ਆਦਿ ਕਰੋੜਾਂ ਵਿਦਿਆ ਘੋਖ ਲੈਣ, ਤਿਨ੍ਹਾਂ ਦੀ ਬੁੱਧੀ ਦੀ ਗਮਤਾ ਦ੍ਰਿਸ਼ਟ ਮਾਨ ਪਸਾਰੇ ਤੋਂ ਉੱਪਰ ਹੋ ਹੀ ਨਹੀਂ ਸਕਦੀ। ਜਿਨ੍ਹਾਂ ਦੀ ਬੁੱਧੀ ਹੀ ਅਪਹੁੰਚ ਹੈ, ਉਹ ਹੁਜਤਾਂ ਕਿਉਂ ਭੇੜਨ? ਕੁਝ ਦੇਖਣਾ ਹੈ ਤਾਂ ਕਮਾਈ ਕਰਕੇ ਦੇਖ ਲੈਣ। ਈਮਾਨ ਲਿਆਉਣ ਵਾਲੋਂ ਨਾਲੋਂ ਮੁਨਕਰ ਹੋਣਾ ਬੜਾ ਆਸਾਨ ਹੈ। ਛੇਕੜਲੀ ਤੁਕ, ਇਉਂ ਕਹਿ ਨਾਨਕ ਸਤਿਗੁਰ ਮਿਲਿਆ ਧਾਵਤ ਥੰਮਿਆ ਨਿਜ ਘਰ ਵਸਿਆ ਆਏ, ਫਿਰ ਉਹਨਾਂ ਹੀ ਪਿਛਲੀਆਂ ਸਿਧਾਂਤਕਾਂ ਗੁਰਮਤਿ ਸੱਚਾਈਆਂ ਨੂੰ ਦੁਹਰਾਉਂਦੀ ਹੈ ਕਿ ਕੇਵਲ ਸਤਿਗੁਰੂ ਸੱਚੇ ਗੁਰੂ ਦੇ ਮਿਲਿਆ ਹੀ ਅਨਸਥਿਰ ਮਨੁਆ ਅਸਥਿਰ ਹੋ ਜਾਂਦਾ ਹੈ, ਹੋਰ ਕਿਸੇ ਤਰ੍ਹਾਂ ਵੀ ਨਹੀਂ। ਅਤੇ ਮਨ ਸਥਿਰ ਹੋਣ ਪਰ ਹੀ ਇਸ ਪ੍ਰਕਿਰਤੀ ਮਨ ਦਾ ਨਿਜ ਘਰ ਭਾਵ ਦਸਵੇਂ ਦੁਆਰ ਵਿਖੇ ਨਿਵਾਸ ਹੁੰਦਾ ਹੈ, ਜਿੱਥੇ ਵਸ ਕੇ ਮਨ ਦੀ ਇਹ ਹਾਲਤ ਹੋ ਜਾਂਦੀ ਹੈ ਜੈਸਾ ਕਿ ਹੇਠ ਲਿਖੇ ਗੁਰਪ੍ਰਮਾਣਾ ਵਿੱਚ ਦਰਜ ਹੈ। ਇਹ ਮਨੁਆ ਸਦਾ ਸੁਖ ਵਸੈ ਸਹਿਜੇ ਕਰੇ ਵਾਪਾਰਾ, ਅੰਤਰ ਗੁਰ ਗਿਆਨ ਹਰ ਰਤਨ ਹੈ ਮੁਕਤ ਕਰਾਵਣ ਹਾਰ। ਗੁਰਮੁਖ ਰਾਗ ਸਵਾਦ ਅਨ ਤਿਆਗੇ, ਗੁਰਮੁਖ ਇਹੋ ਮਨ ਭਗਤੀ ਜਾਗੇ, ਅਨਹਦ ਸੁਣ ਮਾਨਿਆ ਸ਼ਬਦ ਵਿਚਾਰੀ, ਆਤਮ ਚੀਨ ਭਏ ਨਿਰੰਕਾਰੀ, ਇਹੋ ਮਨ ਨਿਰਮਲ ਦਰ ਘਰ ਸੋਈ, ਗੁਰਮੁਖ ਭਗਤ ਭਾਉ ਤੁਨ ਧੁਨ ਹੋਈ। ਇਹੋ ਮਨ ਨਿਰਮਲ ਦਰ ਘਰ ਸੋਈ, ਗੁਰਮੁਖ ਭਗਤ ਭਾਉ ਧੁਨ ਹੋਈ। ਇਹੋ ਮਨ ਨਿਹਚਲ ਹਿਰਦੈ ਵਸਿਅਲੇ, ਗੁਰਮੁਖ ਮੂਲ ਪਛਾਣ ਰਹੈ, ਨਾਭ ਪਵਨ ਘਰ ਆਸਣ ਬੈਸੈ, ਗੁਰਮੁਖ ਖੋਜਤ ਤਤ ਲਹੈ। ਸੋ ਸ਼ਬਦ ਨਿਰੰਤਰ ਨਿਜ ਘਰ ਆਛੈ, ਤ੍ਰਿਭਵਨ ਜੋਤ ਸੋ ਸ਼ਬਦ ਲਹੈ, ਖਾਵੈ ਦੂਖ ਭੂਖ ਸਾਚੇ ਕੀ, ਸਾਚੇ ਹੀ ਤ੍ਰਿਪਤਾਸ ਰਹੈ। ਅਨਹਦ ਬਾਣੀ ਗੁਰਮੁਖ ਜਾਣੀ, ਬਿਰਲੋ ਕੋ ਅਰਥਾਵੈ, ਨਾਨਕ ਆਖੈ ਸੱਚ ਸੁਭਾਖੈ, ਸੱਚ ਰਪੈ ਰੰਗ ਕਭੂ ਨਾ ਜਾਵੈ। ਵਾਹਿਗੁਰੂ ਨਾਮ ਦਾ ਸਵਾਸ ਅਭਿਆਸੀ ਅਰਧ ਉਰਦੀ ਬਿਲੋਵਨਾ ਘੱਟ ਅੰਦਰ ਬਿਲੋਏ ਕੇ ਜੋਜਨ ਅਤੁੱਟ ਕਮਾਈ ਰੂਪੀ ਸਹਿਜ ਵਾਪਾਰ ਅੰਤਰਗਤ ਹੀ ਕਰਦੇ ਹਨ ਅਤੇ ਸਦਾ ਹੀ ਕਰਦੇ ਰਹਿੰਦੇ ਹਨ, ਤਿਨ੍ਹਾਂ ਜਨਾਂ ਦੇ ਮਨ ਸਦਨ ਭਾਵ ਘਰ ਅੰਦਰ ਸੁੱਖ ਦਾ ਨਿਵਾਸ ਰਹਿੰਦਾ ਹੈ। ਉਹਨਾਂ ਦਾ ਮਨ ਸਦਾ ਸੁੱਖ ਅੰਦਰ ਵਸਦਾ ਹੈ। ਉਹਨਾਂ ਦੇ ਅੰਦਰ ਹੀ ਨਾਮ ਦੀ ਜੋਤ ਦਾ ਦੀਵਾ ਟਿਮਟਿਮਾਉਣ ਲੱਗ ਪੈਂਦਾ ਹੈ। ਇਹ ਨਾਮ ਰੂਪੀ ਜੋਤ ਜਗਨ ਦੀਪਕ ਗੁਰ ਗਿਆਨ ਮਣੀਆਂ ਰਤਨ ਹੋ ਕੇ ਉਹਨਾਂ ਦੇ ਘੱਟ ਅੰਦਰ ਦਮਕਦਾ ਹੈ। ਇਹ ਗੁਰ ਗਿਆਨ ਰਤਨ ਮੁਕਤ ਕਰਾਵਨਹਾਰਾ ਹੈ। ਗੁਰ ਗਿਆਨ ਪਦਾਰਥ ਨਾਮ ਹੈ, ਗੁਰਵਾਕ ਦੇ ਭਾਵ ਅਨੁਸਾਰੜੇ ਗੁਰ ਗਿਆਨ ਬਿਨਾਂ ਹੋਰ ਕੋਈ ਕਲਿਆਣਕਾਰਕ ਮੁਕਤਦਾਇਕ ਗਿਆਨ ਨਹੀਂ।
ਆਨਮਤਾ ਦੇ ਗਿਆਨ ਸਭ ਕ੍ਰਿਤਮ ਨਾਮਾਂ ਦੇ ਨਾਮ ਤਰੀਕ ਗਿਆਨ ਹਨ। ਮੁਕਤਦਾਇਕ ਜੋਤ ਜਗਾਇਕ ਗਿਆਨ ਹੈ ਤਾਂ ਕੇਵਲ ਗੁਰਮਤ ਗਿਆਨ ਹੀ ਹੈ। ਗੁਰਮੁਖ ਜੀਉੜੀਏ ਮਨ ਗੁਰਬਾਣੀ ਰੂਪੀ ਸੱਚੀ ਬਾਣੀ ਦੇ ਕੀਰਤਨ ਤੋਂ ਬਿਨਾਂ ਹੋਰ ਕਿਸੇ ਕੱਚੀ ਬਾਣੀ ਦੇ ਕੀਰਤਨ ਸੁਣਨ ਵਿੱਚ ਪ੍ਰਵਿਰਤ ਨਹੀਂ ਹੁੰਦੇ। ਸੱਚੇ ਨਾਮ ਮਹਾਰਸ ਦੇ ਸਵਾਦ ਬਿਨਾਂ ਆਨ ਵਿਖੇ ਬਣੀ ਸਵਾਦਾਂ ਵਿੱਚ ਖੱਚਤ ਨਹੀਂ ਹੁੰਦੇ। ਗੁਰਮੁਖਾਂ ਦੇ ਮਨ ਅਨਦਿਨ ਗੁਰਭਗਤੀ ਭਗਤ ਕਮਾਈ ਕਰਦਿਆਂ ਹੀ ਜਾਗ ਸੁਜਾਗੇ ਰਹਿੰਦੇ ਹਨ। ਇਸ ਸੁਜਾਗ ਸਾਵਧਾਨਤਾ ਵਿੱਚ ਉਹ ਅਨਹਦ ਸ਼ਬਦ ਦੀਆਂ ਧੁਨੀਆਂ ਸੁਣਨ ਦਾ ਆਨੰਦ ਮਾਣਦੇ ਹਨ। ਅਜਿਹੇ ਗੁਰਮੁਖ ਹੰਸਲੇ ਸੱਚੇ ਨਾਮ ਅਹਾਰੀ ਸ਼ਬਦ ਵਿਚਾਰੀ ਹੀਰੇ ਰਤਨ ਮਾਣਕਾਂ ਦੇ ਚੋਗ ਚੁਗਾਰੇ ਬਣਦੇ ਹਨ ਅਤੇ ਅੰਤਰਗਤ ਹੀ ਤਤ ਆਤਮ ਨੂੰ ਚੀਨ ਕੇ ਸੱਚੇ ਨਿਰੰਕਾਰੀ ਸ਼ਬਦ ਲਿਵ ਅਨਹਦਾਰੀ ਬਣੇ ਰਹਿੰਦੇ ਹਨ। ਗੁਰਮੁਖ ਜਨਾਂ ਦਾ ਮਨ ਇਸ ਵਿਦ ਅਤ ਨਿਰਮਲ ਹੋ ਗਿਆ ਹੁੰਦਾ ਹੈ ਕਿਉਂਕਿ ਉਹਨਾਂ ਦੀ ਲਿਵ ਡੋਰੀ ਸੱਚੇ ਸਾਹਿਬ ਦੇ ਦਰ ਘਰ ਵਿਖੇ ਹੀ ਹਰਦਮ ਜੁੜੀ ਰਹਿੰਦੀ ਹੈ। ਇਸ ਪਦ ਅਮਰਾਏ ਕੇ ਭਾਵ ਇਸ ਮੰਜ਼ਿਲ ਤੇ ਪਹੁੰਚ ਕੇ ਤੁਰਿਆ ਗੁਣੀ ਸ਼ਬਦ ਲਿਵਤਾਰੀ ਅਨਹਦ ਧੁਨੀ ਹੀ ਗੁਰਮੁਖ ਜਨਾਂ ਦੀ ਭਾਵ ਭਗਤੀ ਬਣ ਜਾਂਦੀ ਹੈ। ਦਹਿ ਦੇ ਸਤਾਵਣ ਹਾਰਾ ਚੰਚਲ ਤੇ ਸਦਾ ਚਲਾਇਮਾਨ ਹੋਣ ਵਾਲਾ ਮਨ ਗੁਰ ਸ਼ਬਦ ਦੀ ਸਾਣ ਕਸੋਟੀ ਤੇ ਚੜ੍ਹ ਕੇ ਅਤ ਨਿਹਚਲ ਹੋ ਜਾਂਦਾ ਹੈ। ਗੁਰਮੰਤਰ ਦੀਖਿਆ ਦੀ ਕਮਾਈ ਦੀ ਪਾਰਸ ਕਲਾ ਦੁਆਰਾ ਇਸ ਨੂੰ ਮਾਪਣ ਜੋਤ ਸਰੂਪ ਅੰਸੀ ਮੂਲ ਦੇ ਪਛਾਣਨ ਦੀ ਸੋਝੀ ਪੈ ਜਾਂਦੀ ਹੈ। ਹਿਰਦੇ ਅੰਦਰ ਹੀ ਇਹ ਸੋਝੀ ਪੈਂਦੀ ਹੈ ਕਿਉਂਕਿ ਪ੍ਰਥਮੇ ਘੱਟ ਅੰਦਰ ਹੀ ਸ਼ਬਦ ਜੋਤ ਦੀਪਕ ਜਗਦਾ ਹੈ। ਸਵਾਸ ਅਭਿਆਸੀ ਸ਼ਬਦ ਧੌਂਕਣੀ ਦੀ ਪਾਰਸ ਚੁੰਬਕੀ ਰਗੜ ਹਿਰਦੇ ਘੱਟ ਅੰਤਰ ਹੀ ਇਹ ਜੋਤ ਚਿੰਗਾੜੀ ਪ੍ਰਜਵਲਿਤ ਕਰ ਦਿੰਦੀ ਹੈ। ਇਹ ਜੋਤ ਚਿੰਗਾੜੀ ਅਮਿਓ ਰਸ ਭਰੀ ਮੇਠ ਮੇਠਾਰੀ ਜੀਵਨ ਜੁਗਤਾਰੀ ਗੁੜਤੀ ਹੈ ਜੋ ਅੰਤਰ ਵਸ ਰਸ ਕੇ ਨਾੜ ਨਾੜ ਅੰਤਰ ਰਸ ਜੋਤ ਵਿਗਾਸੀ ਚਾਨਣਾ ਹੀ ਚਾਨਣਾ ਚੰਨਣਾ ਦਿੰਦੀ ਹੈ। ਇਸ ਅਗਾਧ ਰਸ ਮਗਨਤਾ ਵਿੱਚ ਗੁੰਦਾ ਹੋ ਕੇ ਇਹੋ ਮਨ ਨਿਹਚਲ ਹਿਰਦੈ ਵਸੀਰੇ ਦੇ ਵਾਕ ਅਨੁਸਾਰ ਇਹ ਮਨ ਹਿਰਦੇ ਅੰਦਰ ਨਿਹਚਲ ਵਾਸਾ ਪਾਈ ਰੱਖਦਾ ਹੈ ਅਤੇ ਸਦਾ ਅਡੋਲ ਰਹਿੰਦਾ ਹੈ, ਕਦੇ ਵੀ ਨਹੀਂ ਡੋਲਦਾ। ਸ਼ਬਦ ਅਭਿਆਸ ਦੇ ਰਸਨ ਰਸਨਾਟੇ ਅਜੱਪਾ ਜਾਪ ਦੇ ਪਵਨ ਫਰਾਟੇ ਉਰਦਮੁਖੀ ਨਾਭ ਕਮਲ ਨੂੰ ਸਿੱਧਾ ਕਰਕੇ ਵਿੱਚ ਜੋਤ ਰਸ ਰਸਾਏ ਕੇ ਖਿੜਾ ਦਿੰਦੇ ਹਨ। ਇਸ ਰਸ ਦਾ ਸਵਾਦ ਐਸਾ ਅਗਾਧ ਹੁੰਦਾ ਹੈ ਕਿ ਸਵਾਸਾਂ ਅੰਦਰ ਜੋਤ ਜੀਵਨੀ ਰਸ ਤਰਾਪ ਬਿਜਲੀ ਪੈਦਾ ਹੋ ਜਾਂਦੀ ਹੈ ਜਿਸ ਦਾ ਰਸ ਬਿਸਮਾਦੀ ਸਵਾਦ ਸਵਾਸਾਂ ਨੂੰ ਨਾਭੀ ਵਿਖੇ ਨੱਪੀ ਰੱਖਦਾ ਹੈ। ਸਵਾਸ ਵਿਗਾਸੀ ਨਾਭ ਪਵਨ ਨਾਭੀ ਅੰਦਰ ਨੱਪੀ ਹੋਈ ਹੀ ਆਪਣੇ ਜੋਤ ਆਨੰਦੀ ਕ੍ਰਿਸ਼ਮੇ ਕ੍ਰਿਸ਼ਮਾਈ ਜਾਂਦੀ ਹੈ। ਰਸ ਬਿਸਮ ਭਈ ਬਿਰਤੀ ਨੂੰ ਨਾਭੀ ਅੰਦਰ ਹੀ ਰਸ ਰਸਨਾਟੀ ਪਾਉਣ ਦੱਬੀ ਰੱਖਣ ਦਾ ਅਜਿਹਾ ਸਵਾਦ ਪੈ ਜਾਂਦਾ ਹੈ ਕਿ ਨਾਮ ਸੁਰਤੀ ਸ਼ਰਾਂ ਦੀ ਸੁਰਤੀ ਕਿਤੇ ਔਰ ਕਿਸੇ ਪ੍ਰਕਾਰ ਵੀ ਜਰਕਦੀ ਨਹੀਂ। ਨਾਭ ਕਮਲ ਦੇ ਨਿਜ ਘਰ ਵਿਖੇ ਹੀ ਆਸਣ ਜਮਾ ਕੇ ਰਸ ਸ਼ਬਦ ਸੁਰਤਨੀ ਪਵਨ ਆਤਮ ਦਿਬਤਾ ਜੋਤ ਜਗਾਇਨੀ ਘੁੰਮਰਾਂ ਪਾਉਂਦੀ ਰਹਿੰਦੀ ਹੈ। ਰਸ ਜੋਤ ਆਨੰਦੀ ਪਾਉਣ ਨੂੰ ਨਾਭੇ ਅੰਦਰ ਦੱਬਿਆਂ ਜੋ ਘੁੰਮਰਾਂ ਪੈਂਦੀਆਂ ਹਨ ਇਸ ਤੋਂ ਸੁਰਤੀ ਹੋਰ ਉਚੇਰੀ ਚੜ੍ਹ ਜਾਂਦੀ ਹੈ। ਸਵਾਸ ਤਾਂ ਸਵਾਦ ਆਨੰਦੀ ਵਿਗਾਸ ਦੇ ਆਧਾਰ ਤੇ ਨਾਭੇ ਦੇ ਅੰਦਰ ਹੀ ਦੱਬੇ ਰਹਿੰਦੇ ਹਨ। ਸੁਰਤੀ ਗਗਨ ਮੰਡਲਾਂ ਵਿੱਚ ਖੁੱਲੀਆਂ ਤਾਰੀਆਂ ਉਚੇਰੀਆਂ ਜੋਤ ਆਨੰਦੀ ਉਡਾਰੀਆਂ ਲਾਉਂਦੀ ਰਹਿੰਦੀ ਹੈ। ਜਿਉਂ ਜਿਉਂ ਸੁਰਤ ਉਡਾਰੀ ਦਾ ਉਚਾਣ ਡੂੰਘਾ ਅਤੇ ਅਤ ਉਚੇਰਾ ਹੁੰਦਾ ਜਾਂਦਾ ਹੈ ਤਿਉਂ ਤਿਉਂ ਰਸ ਬਿਸਮਾਦ ਗੀਤ ਦੀ ਸੁਰਤੀ ਦਾ ਚੜਾਓ ਸੁਤੇ ਸੁਭਾਏ ਹੀ ਹੋਰ ਉੱਚਾ ਚੜ੍ਹ ਜਾਂਦਾ ਹੈ ਤੇ ਹੋਰ ਡੂੰਘੇ ਡੂੰਘਾਓ ਵਿੱਚ ਤ੍ਰਿਬੁੱਧ ਹੋ ਜਾਂਦਾ ਹੈ। ਇਹ ਸਹਿਜ ਬੈਰਾਗ ਆਨੰਦੀਆਂ ਖੋਜ ਹੈ। ਆਤਮ ਤੱਤ ਨੂੰ ਪਰਮਾਤਮ ਤੱਤ ਵਿੱਚ ਇੱਕ ਮਿਕ ਕਰਨ ਹਾਰਾ ਪਰਮ ਤੱਤ ਨੂੰ ਲਹਿਣ ਲੱਖਣ ਹਾਰਾ ਖੋਜ ਹੈ। ਇਹ ਉੱਪਰਲਾ ਸਾਰ ਵਿਸਥਾਰ ਨਾਭ ਪਵਨ ਘਰ ਆਸਣ ਵੈਸੈ ਗੁਰਮੁਖ ਖੋਜਤ ਤੱਤ ਲਹਿ ਗੁਰਵਾਕ ਪੰਕਤੀ ਦਾ ਇੱਕ ਤੁੱਛ ਮਾਤਰ ਅਨੁਵਾਦ ਹੈ। ਇਸ ਤੇ ਵਧੇਰਾ ਵਿਥਾਰ ਹੋਵੇ ਤਾਂ ਕੀ ਹੋਵੇ। ਜਿਨ੍ਹਾਂ ਅੰਦਰ ਇਹ ਖੇਡ ਇਦੋਂ ਵਧੇਰੇ ਵਾਪਰੀ ਹੈ ਉਹਨਾਂ ਨੂੰ ਵਧੇਰੇ ਵਿਥਾਰਨ ਦੀ ਪਰੋਖੋਂ ਹੋਵੇ ਤਾਂ ਹੋਵੇ, ਸਾਡੀ ਤਾਂ ਇੱਥੇ ਹੀ ਬਸ ਹੈ।
बस कहबे को शोभा नहीं, देखा ही परवान है। सुरत शब्द दी गुरमत गोज कथा इस करके गोज नहीं कि इसनू जान बुझ के गुप्त रखना दरकार है। असल गल यह है कि यह दसी नहीं जा सकती, केवल लिखी ही जा सकती है, लिखी कथी नहीं जा सकती। परे ते परे है ना पवन निज करिया शब्द गुरमंत्र गुरमुख खोज खोजरनी तत् लखता करके निरंतर निज घर विखे जोत जगाई रखता है। पिंड पुलाड़ अंदर भी जोत पसराओ नू पसराई अस्थाई रखता है। सारे ब्रह्मांड त्रिभुवन नभ गगन उगाड़ विखे भी जोत का पसराओ अशकारा साक्षात्कारा इस गुर शब्द तो ही लखीदा है। शब्द अभ्यास रसायण रस प्रसायण होके अभ्यास कमाई अतुट तो अतुट आपो ही हुंदी रहिंदी है। अभ्यासी जन नू कोई औख दुख कष्ट बिकटता महसूस ही नहीं हुंदी, जैसे कि हट योग दे कर्मचारियां नू हुंदी है। गुरमत सहज योग दे मार्ग विच हठ योगियां वालियां देह बिपत बिखमदावां पेश ही नहीं आउंदियां। जोत रसवादियां आनंद होर बेओड़ के आनंद दा भुखेला बनिया रहिंदा है। जिवें जोत रस विगास दा थाउ नहीं, तिवें जोत आनंद रस दे भुखेलियां दी भुख दा भी कोई ओड़क नहीं। सच्चे सत करतार दे साक्षात दीदार दी भुख सारे शरीरक अते मानसिक दुखां नू खा जांदी है, भाव खह कर दिंदी है, और सारियां चाहां चेष्टावां भी मुख ठुक जांदियां हन। सच्चे नाम दियां भुखां ही होर सारियां भुखां नू गवा दिंदियां हन। नाम आधार दियां संतुष्टाइयां दा हद बनना कोई नहीं। जिवें नाम दा रज नहीं आउंदा, तिवें नामी दे दीदार दा रज भी अमुक अथाह है। पर इस अरज रज विच भी एक खास तृप्तास्ता है। इस तृप्तास्ता विच निमगन हो के त्रैगुणी रसा कशा तृष्णावां दी अतृप्ता भासदी ही नहीं, ना ही दुखांतर होण दिंदी है। सच्चे नाम गुरमत नाम दे आधार विच अते सच्चे नामी दे दीदार विच तृप्तास रहण वाली जो गुरमत व्यवस्था है, इस विच ही इस पद नूं पहुँच के ही अनहद शब्द दी रुण चुणकार सुनाई दिंदी है। तां ते केवल गुरु घर दे गुरमुख जना ने अनहद बाणी नूं जाणिया पछाणिया है, ते इह विरले गुरमुख जन ही हन जो अनहद शब्द दी तत् लखता दा तात्परज समझदे हन। पर अनहद शब्द वाली व्यवस्था है सच्ची। गुरु नानक साहिब सच्ची साखा रूपी सुपाख्या सच्ची भाख्या सुपाख दे हन कि इस सच्ची व्यवस्था दे औज आत्मी रंग रंगीजियां आत्म परमात्मी चलूलड़ा परमार्थी रंग फिर कदे नहीं उतरदा, सगों दिन दिन चढ़े सवाया नानक होत ना घाट वाले गुरवाक दे भाव अनुसार दिनों दिन दून सवाया ही हुंदा रहिंदा है, घटदा कदे भी नहीं। इस व्यवस्था वाला जीवन ही सच्चा जीवन है, परंतु यह तत् परमार्थी जीवन गुरमत पाए गुरमुख दीख्या दीक्षाए ही प्राप्त हुंदा है। यह गुरमुख पाए पाया जीवन होर भी नाम अभ्यास नूं तत् अनहदी लिवतार विच अभ्यासी जन दे प्राणा अंदर वसाए दिंदा है। इस अनहद लिवतारी प्राण रमनारी रंगा विच रत के गुरमत नाम अभ्यासी जन दा सब संसार दुख निवृत्त हो जाता है, क्योंकि उसका ध्यान गुर शब्द मंत्र अभ्यास कमाई दे प्रभाव करके अदृष्ट अगोचर परमात्मा विच लग जाता है। गुरबचन गुरमंत्र नाम अभ्यास की विचित्र पारस प्रभावता द्वारा ही अदृष्ट अगोचर पार ब्रह्म परमेश्वर ध्याया जा सकता है, ध्याए के परम पद पाया जा सकता है। परम पद की प्राप्ति परनिता प्रित अनहत धुना वाले वाजे वजन लग पैंदे हन। इन्हों अनहत धुना विच गुरबाणी गाई दी ही सुनी दी है, ते नालो नाल दिब बणतरी बजंतरां वाले बचित्र अगम्मी बाजे बजदे सुनाई दिंदे हन। गुरु दाते ने जिन्हां उपर दयाल नदरी नदर निहाल हो के यह दात दित्ती है, उन्हां दे ही बजर कपाट खुलदे हन अते उही ज्योति ज्योत समाउंदे हन। यथा गुरवाक जीवनो मैं जीवन पाया गुरमुख पाए राम, हर नामो हर नाम देवै मेरे प्राण वसाए राम, हर हर नाम
ਮੇਰੇ ਪ੍ਰਾਣ ਵਸਾਏ, ਸਭ ਸੰਸਾਰ ਦੁੱਖ ਗਵਾਇਆ, ਅਦਿਸ਼ਟ ਅਗੋਚਰ ਗੁਰਬਚਨ ਤੇ ਆਇਆ, ਪਵਿੱਤਰ ਪਰਮ ਪਦ ਪਾਇਆ। ਅਨਹਦ ਧੁਨ ਵਾਜਹਿ ਨਿਤ ਵਾਜੇ, ਗਾਈ ਸਤਿਗੁਰ ਬਾਣੀ, ਨਾਨਕ ਦਾਤ ਕਰੀ ਪ੍ਰਭਦਾਤੈ, ਜੋਤੀ ਜੋਤ ਸਮਾਣੀ। ਇਹ ਅਨਹਦ ਨਾਦ ਵਜਾਇਨੀ ਅਤੇ ਜੋਤੀ ਜੋਤ ਸਮਾਇਨੀ ਦਸ਼ਾ ਐਵੇਂ ਸੁਖੈਨ ਹੀ ਗੱਲੀ ਗੋਖੇ ਗਿਆਨ ਕੀਤਿਆਂ ਪ੍ਰਾਪਤ ਨਹੀਂ ਹੁੰਦੀ। ਇਸ ਅਗਮ ਅਥਾਹ ਪਰਮਾਰਥ ਨੂੰ ਸਿੱਧ ਕਰਨ ਲਈ ਅਪਰ ਅਪਾਰ ਅਤੇ ਅਥਾਹ ਨਾਮ ਅਭਿਆਸ ਕਮਾਈ ਕਰਨੀ ਪੈਂਦੀ ਹੈ। ਅਗਮ ਅਥਾਹ ਪਰਮਾਰਥੀ ਪੂੰਜੀ ਦਾ ਸੱਚਾ ਸ਼ਾਹ ਗੁਰੂ ਪਾਤਸ਼ਾਹ ਬਾਣੀ ਦਾ ਬਹੁਤ ਸੱਚਾ ਸਤਿਗੁਰੂ ਵੱਡੇ ਭਾਗਾਂ ਕਰਕੇ ਮਿਲੇ ਅਤੇ ਉਸ ਦਾ ਅਨਿੰਨ ਸਿੱਖ ਸੇਵਕ ਬਣ ਕੇ ਇਹ ਪੂੰਜੀ ਉਸ ਪਾਸੋਂ ਲੋੜ ਲਈ ਜਾਵੇ ਅਤੇ ਪੂੰਜੀ ਲੋੜ ਲੱਭ ਕੇ ਉਸ ਦਾ ਕਮਾਵਣਮਈ ਵਣਜ ਵਪਾਰ ਦਿਨ ਰਾਤ ਇੱਕ ਕਰਕੇ ਕੀਤਾ ਜਾਵੇ। ਨਾਵਰਤਨ ਗੁਣਾਂ ਨੂੰ ਸ਼ਰਧਾ ਭਾਵਨੀ ਸੇਤੀ ਗਾਵਨ ਕਮਾਵਣ ਦੀ ਅਥਾਹ ਘਾਲਣੀ ਘਾਲੀ ਜਾਵੇ ਅਤੇ ਜਦ ਤਾਈਂ ਆਦਰਸ਼ੀ ਮਨੋਰਥ ਸਿੱਧ ਨਾ ਹੋ ਜਾਵੇ, ਨੀਂਦ ਭੁੱਖ ਸਭ ਪਰਹਰ ਤਿਆਗੀ ਜਾਵੇ, ਅਡੋਲ ਸਹਿਜ ਸਮਾਧ ਸਮਾਇਆ ਜਾਵੇ। ਇਸ ਪ੍ਰਕਾਰ ਦੇ ਇੱਕ ਹੀ ਭਾਨ ਦੇ ਵਣਜਾਰੇ ਗੁਰੂ ਘਰ ਵਿਖੇ ਹੀ ਸੱਚਾ ਵਣਜਣ ਆਉਂਦੇ ਹਨ ਅਤੇ ਨਾਮ ਰਤਨ ਵਪਾਰ ਦਾ ਸੱਚਾ ਲਾਹਾ ਲੈ ਜਾਂਦੇ ਹਨ। ਉਹ ਸੱਚੇ ਸਤਿਗੁਰੂ ਅੱਗੇ ਮੰਤਨ ਆਪਣਾ ਅਰਪ ਦਿੰਦੇ ਹਨ ਅਤੇ ਉਸੇ ਪ੍ਰਾਇਣ ਹੋਏ ਰਹਿੰਦੇ ਹਨ ਅਤੇ ਗੁਰੂ ਨਦਰ ਪ੍ਰਾਇਣ ਹੋ ਕੇ ਅਤੁੱਟ ਕਮਾਈਆਂ ਕਰੀ ਚਲੇ ਜਾਂਦੇ ਹਨ। ਉਹਨਾਂ ਉੱਤੇ ਨਜ਼ਰ ਹੋ ਜਾਂਦੀ ਹੈ, ਉਹ ਆਪਣੇ ਤੱਤ ਮਨੋਰਥ ਨੂੰ ਪਾ ਲੈਂਦੇ ਹਨ ਅਤੇ ਅਗਮ ਅਥਾਹ ਅਦ੍ਰਿਸ਼ਟ ਅਗੋਚਰ ਠਾਕੁਰ ਦਾ ਮੇਲ ਪ੍ਰਾਪਤ ਕਰ ਲੈਂਦੇ ਹਨ। ਜਿਹਾ ਕਿ ਗੁਰਵਾਕ ਹੈ, ਮੇਰਾ ਠਾਕੁਰੋ ਠਾਕੁਰ ਨੀਕਾ ਅਗਮ ਅਥਾਹ ਰਾਮ, ਹਰ ਪੂੰਜੀ ਚਾਹੀ ਮੇਰੇ ਸਤਿਗੁਰ ਸਾਹਾ ਰਾਮ, ਹਰ ਪੂੰਜੀ ਚਾਹੀ ਨਾਮ ਵਸਾਹੀ, ਗੁਣ ਗਾਵੈ ਗੁਣ ਭਾਵੈ, ਨੀਂਦ ਭੁੱਖ ਸਭ ਪਰ ਹਰ ਤਿਆਗੀ, ਸੁੰਨੇ ਸੁੰਨ ਸਮਾਵੈ, ਵਣਜਾਰੇ ਇੱਕ ਭਾਤੀ ਆਵਹਿ, ਲਾਹਾ ਹਰ ਨਾਮ ਲੈ ਜਾਹੇ, ਨਾਨਕ ਮੰਤਨ ਅਰਪ ਗੁਰ ਆਗੈ, ਜਿਸ ਪ੍ਰਾਪਤ ਸੋ ਪਾਏ। ਇਹਨਾਂ ਪਰਮਾਰਥੀ ਰਤਨ ਪਦਾਰਥਾਂ ਸੇਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੂਪੀ ਸੱਚਾ ਸ਼ੋ ਸਾਗਰ ਨੱਕੋ ਨੱਕ ਭਰਿਆ ਪਿਆ ਹੈ। ਨਾਮ ਰੂਪੀ ਸੱਚਾ ਸੁੱਚਾ ਰਤਨ ਪਦਾਰਥ ਜਿਸ ਦੇ ਤਫੈਲ ਦਸਮ ਦੁਆਰ ਦੀ ਪ੍ਰਾਪਤੀ ਹੁੰਦੀ ਹੈ ਅਤੇ ਅਨਹਤ ਧੁਨੀਆਂ ਦੇ ਮੰਡਲ ਵਿੱਚ ਅਪੜੀਦਾ ਹੈ ਅਤੇ ਪ੍ਰੀਤਮ ਪਾਰ ਬ੍ਰਹਮ ਸਵਾਮੀ ਦੇ ਸੰਗੋਪਾਂਗ ਦਰਸ਼ਨ ਕਰੀਦੇ ਹਨ, ਤਿਨ੍ਹਾਂ ਦੇ ਹੱਥ ਹੀ ਚੜ੍ਹਦਾ ਹੈ ਜੋ ਗੁਰਬਾਣੀ ਨੂੰ ਸ਼ਰਧਾ ਸਿਦਕ ਭਾਵਨੀ ਸੇਤੀ ਲੱਗੇ ਰਹਿੰਦੇ ਹਨ। ਗੁਰਬਾਣੀ ਨੂੰ ਸ਼ਰਧਾਗਿਆਂ ਲੱਗਿਆਂ ਕਮੱਗਿਆਂ ਦੇ ਹੱਥ ਹੀ ਨਾਮ ਰੂਪੀ ਨਿਰਮੋਲਕ ਰਤਨ ਅਪਾਰਾ ਚੜ੍ਹਦਾ ਹੈ। ਗੁਰਮਤ ਨਾਮ ਰੂਪੀ ਅਮੋਲਕ ਰਤਨ ਪਾ ਕੇ ਹੀ ਭਗਤੀ ਅਭਿਆਸ ਕਮਾਈਆਂ ਦਾ ਅਖੁੱਟ ਭੰਡਾਰ ਖੁੱਲ੍ਹਦਾ ਹੈ। ਸਰੀਰ ਰੂਪੀ ਸਮੁੰਦਰ ਮਟਕੇ ਵਿੱਚ ਨਾਮ ਅਭਿਆਸ ਰੂਪੀ ਮਧਾਣਾ ਫੇਰ ਕੇ ਅਤੇ ਬਲੋਗ ਨਾ ਬਲੋਏ ਕੇ ਜਦੋਂ ਤੱਤ ਮੱਖਣ ਕੱਢ ਕੇ ਦੇਖਿਆ ਤਾਂ ਇਸ ਅਨੂਪਮ ਗੱਲ ਦਾ ਨਿਤਾਰਾ ਹੋਇਆ ਕਿ ਗੁਰੂ ਅਤੇ ਗੋਬਿੰਦ ਦੀ ਅਰੂਪ ਸਰੂਪੀ ਜੋਤ ਆਭਾ ਇੱਕੋ ਹੈ ਅਤੇ ਇੱਕ ਮਿੱਖ ਮੀਕੇ ਸਰੂਪ ਵਿੱਚ ਚਮਤਕਾਰ ਹੋ ਕੇ ਆਪਣੀਆਂ ਨਿਰਾਲੀਆਂ ਡਲਕਾਂ ਡਲਕਾਉਂਦੇ ਹਨ। ਯਥਾ ਗੁਰਵਾਕ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ, ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਨਿਰਮੋਲਕ ਰਤਨ ਅਪਾਰਾ, ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਭਰੇ ਭੰਡਾਰਾ, ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਜਿਨ੍ਹਾਂ ਨੇ ਆਪਣੇ ਨੇਤਰਾਂ ਨਾਲ ਅਦਿਸ਼ਟ ਅਗੋਚਰ ਪ੍ਰਭੂ ਪਰਮਾਤਮਾ ਨੂੰ ਦੇਖਿਆ ਹੈ ਅਤੇ ਤਿਨ੍ਹਾਂ ਗੁਰਮੁਖ ਜਨਾਂ ਲਈ ਦਸਮ ਦੁਆਰ ਹੀ ਅਨਹਦ ਸ਼ਬਦ ਵਾਲੀ ਅਜਗੈਬੀ ਲੀਲਾ ਨੂੰ ਵੇਖਣਾ ਪਰਖਣਾ ਵੀ ਸੁਖੈਨ ਹੈ। ਉਹ ਪ੍ਰਾਪਤੀ ਦੀ ਖੁਸ਼ਮਸਤੀ ਵਿੱਚ ਆਮੁਹਾਰੇ ਇਉਂ ਪੁਕਾਰ ਉੱਠੇ ਹਨ, ਅਨਦੋ ਅਨੰਦ ਘਣਾ ਮੈਂ ਸੋ ਪ੍ਰਭ ਡੀਠਾ ਰਾਮ, ਚਾਖੇੜਾ ਚਾਖੇੜਾ ਮੈਂ ਹਰ ਰਸ ਮੇਠਾ ਰਾਮ, ਹਰ ਰਸ ਮੇਠਾ ਮਨ ਮਹਿਬੂਠਾ ਸਤਿਗੁਰ ਤੂਠਾ ਸਹਿਜ ਭਇਆ, ਗ੍ਰਹਿਵਸ ਆਇਆ ਮੰਗਲ ਗਾਇਆ ਪੰਚ ਦੁਸ਼ਟ ਓਏ ਭਾਗ ਗਿਆ,
ਸੀਤਲ ਆਗਾਣੇ ਅੰਮ੍ਰਿਤ ਬਾਣੇ ਸਾਜਨ ਸੰਤ ਬਸੀਠਾ ਕਹੋ ਨਾਨਕ ਹਰਿ ਸਿਉ ਮਨ ਮਾਨਿਆ ਸੋ ਪ੍ਰਭ ਨੈਣੀ ਡੀਠਾ। ਪੰਜ ਪਿਆਰਿਆਂ ਰੂਪੀ ਸਾਜਨ ਸੰਤ ਵਿਚੋਲਿਆਂ ਦੁਆਰਾ ਅੰਮ੍ਰਿਤ ਦੇ ਗਟਾਕ ਛੱਕੇ ਤ੍ਰਿਪਤ ਅਗਾਇਆ ਉੱਤਮ ਜਨਾ ਜਗਿਆਸੂਆਂ ਨੂੰ ਜਦੋਂ ਪਹਿਲੇ ਸੱਜਰੇ ਸੁਹਾਗ ਭਾਗ ਦੀ ਜਾਗ ਲੱਗਦੀ ਹੈ ਤਾਂ ਉਹ ਪਰਮ ਆਨੰਦ ਦੀ ਮਸਤੀ ਵਿੱਚ ਡੁੱਲ ਡੁੱਲ ਕੇ ਅਨਹਿਦਾਣੀ ਪੁਕਾਰ ਪੁਕਾਰ ਉੱਠਦੇ ਹਨ। ਉਹਨਾਂ ਦੀ ਇਹ ਪੁਕਾਰ ਵੀ ਭਾਉ ਭਗਤੀ ਭਰਿਆ ਬਿਸਮਾਦ ਨਾਦੀ ਕੀਰਤਨ ਜਜ਼ਬਾ ਹੁੰਦਾ ਹੈ ਜੋ ਧੁਰ ਅਗੰਮੀ ਤਰੰਗ ਕਾਂਗ ਸਾਂਗ ਬੇਦਿਆ ਗੂੰਜ ਉੱਠਦਾ ਹੈ। ਇਹ ਵੀ ਪਰਮ ਭਾਣੇ ਅੰਦਰ ਹੀ ਐਸਾ ਹੁੰਦਾ ਹੈ। ਗੁਰੂ ਨਿਰੰਕਾਰੀ ਜੋਤਿਸ਼ ਪਾਤਸ਼ਾਹੀਆਂ ਦੇ ਮੁਖਾਰ ਬਿੰਦੋ ਇਸ ਪ੍ਰਕਾਰ ਦੇ ਇਲਾਹੀ ਨਾਦ ਬਿਸਮਾਦ ਤਰੰਗ ਜਜ਼ਬੇ ਆਮੁਹਾਰੇ ਨਿਕਸੇ ਨਿਕਸਾਏ ਹਨ। ਅਕਾਲ ਪੁਰਖ ਨੇ ਆਪ ਇਹ ਆਕਾਸ਼ਬਾਣੀ ਸਤਿਗੁਰ ਸਾਹਿਬਾਨ ਦੇ ਮੁਖਾਰ ਬਿੰਦੋ ਨਿਕਸਾਈ ਹੈ ਕਿ ਅਸ਼ਰਤਕ ਸੰਸਾਰੀਆਂ ਲਈ ਇਸ ਦੀ ਸ਼ਹਾਦਤਮਈ ਸਾਖਾ ਕਾਇਮ ਹੋ ਜਾਵੇ ਕਿ ਅਦਿਸ਼ਟ ਅਗੋਚਰ ਵਿਵਸਥਾਵਾਂ ਅਤੇ ਤਿੰਨਾਂ ਵਿਵਸਥਾਵਾਂ ਦੇ ਸਰ ਚਸ਼ਮੇ ਦੇ ਗੁਪਤੋਂ ਪ੍ਰਗਟ ਹੋਣ ਦੀ ਸਾਕਸ਼ਾਤਕਾਰ ਹੋਣ ਦੀ ਪੱਕੀ ਅਥਾਰਿਟੀ ਭਾਵ ਸਨਅਤ ਦਾ ਧੁਰਵਾਂ ਬੱਝ ਜਾਵੇ ਤਾਂ ਕਿ ਕੋਈ ਗੁਰਸਿੱਖ ਮੁਖਰੀ ਖਾ ਕੇ ਪਿਛਾਂ ਨੂੰ ਮੋਢਣਾ ਨਾ ਮੋੜ ਸਕੇ ਸਗੋਂ ਅਗਾਹਾਂ ਨੂੰ ਤਾਂਘਣ ਦੀ ਚੜ੍ਹਦੀ ਕਲਾ ਵਿੱਚ ਰਹੇ। ਦੇਖੋ ਗੁਰਸਿੱਖਾਂ ਦੇ ਸਰਤਾਜ ਸ੍ਰੀ ਗੁਰੂ ਪੰਚਮ ਪਾਤਸ਼ਾਹ ਜੀ ਅਨਹਦ ਸ਼ਬਦ ਪ੍ਰਥਾਏ ਆਪਣੇ ਮੁੱਖ ਕਮਲ ਤੋਂ ਉਚਰੀ ਸੱਚੀ ਅਥਾਰਿਟੀ ਦਾ ਕੈਸਾ ਅਦਭੁਤ ਪ੍ਰਮਾਣ ਦਿੰਦੇ ਹਨ। ਨਵ ਨਿਧੇ ਨੋ ਨਿਧੇ ਮੇਰੇ ਘਰ ਮੈਂ ਆਈ ਰਾਮ ਸਭ ਕਿਛ ਮੈਂ ਸਭ ਕਿਛ ਪਾਇਆ ਨਾਮ ਤੇ ਆਈ ਰਾਮ ਨਾਮ ਤੇ ਆਈ ਸਦਾ ਸਿਖਾਈ ਸਹਿਜ ਸੁਭਾਈ ਗੋਵਿੰਦਾ ਗਣਤ ਮਿਟਾਈ ਚੂਕੀ ਧਾਈ ਕਦੇ ਨਾ ਵਿਆਪੈ ਮਨ ਚਿੰਦਾ ਗੋਵਿੰਦ ਗਾਜੇ ਅਨਹਦ ਵਾਜੇ ਅਚਰਜ ਸੋਭ ਬਣਾਈ ਕਹੋ ਨਾਨਕ ਪਿਰ ਮੇਰੇ ਸੰਗੇ ਤਾਂ ਮੈਂ ਨਵਨਿਧ ਪਾਈ। ਸਤਿਗੁਰ ਦੇ ਹੁਕਮ ਹੁਕਮਾਂ ਸਿਰ ਸਰਬ ਉੱਤਮ ਹੁਕਮ ਗੁਰਮਤ ਨਾਮ ਨੂੰ ਕੁਮਾਵਣ ਹਾਰੇ ਗੁਰਮੁਖ ਜਨਾਂ ਨੇ ਪ੍ਰਤੱਖ ਪਰਤਿਆ ਕੇ ਦੇਖਿਆ ਦੇਖ ਲਿਆ ਕਿ ਤੁੱਟ ਨਾਮ ਅਭਿਆਸ ਕਮਾਈ ਕੀਤਿਆਂ ਉੱਪਰਲੇ ਗੁਰ ਪ੍ਰਮਾਣ ਅੰਦਰ ਦਰਸਾਏ ਸਾਰੇ ਹੀ ਪਰਮਾਰਥ ਸਿੱਧ ਹੋ ਜਾਂਦੇ ਹਨ। ਨਾਮ ਦਾ ਜੋਤ ਬੀਜ ਲਾਰੀ ਜ਼ਹੂਰ ਜਦੋਂ ਘੱਟ ਅੰਦਰ ਹੀ ਅਗੰਮੋ ਚਮਤਕ੍ਰਿਤ ਹੁੰਦਾ ਹੈ ਤਾਂ ਨਿਧਾਂ ਸਿਰ ਨਿਧ ਵਾਹਿਗੁਰੂ ਦੇ ਦਰਸ਼ਨਾਂ ਦਾ ਨਿਕਟ ਤੋਂ ਨਿਕਟ ਅੰਦਰ ਆਏ ਖਲੋਵਣਾ ਇੱਕ ਸਹਿਜ ਸੁਭਾਈ ਹੱਥਾਂ ਉੱਤੇ ਸਰੋਂ ਜਮਾਉਣ ਵਾਲੀ ਸਮਰਥਕ ਦੀਦਬਾਜ਼ੀ ਹੋ ਜਾਂਦੀ ਹੈ। ਤਦੋਂ ਸਭ ਗਣਤਾਂ ਮਿਟ ਜਾਂਦੀਆਂ ਹਨ ਮਨ ਦੀਆਂ ਸਭ ਧਾਵਣੀਆਂ ਚੁੱਕ ਜਾਂਦੀਆਂ ਹਨ ਚਿੰਤਾ ਚਿਤਵਨੀਆਂ ਸਭ ਕਾਫੂਰ ਹੋ ਜਾਂਦੀਆਂ ਹਨ। ਫੁਰਾਟੇ ਮਾਰ ਕੇ ਅੰਦਰੋਂ ਹੀ ਗੋਬਿੰਦ ਗੱਜ ਉੱਠਦਾ ਹੈ ਅਤੇ ਸਦ ਨਵਤਨ ਮਨ ਰੰਗੀ ਅਚਰਜ ਸੋਭਾ ਬਣ ਸੋਭਦੀ ਹੈ। ਪ੍ਰੀ ਪ੍ਰੀਤਮ ਵਾਹਿਗੁਰੂ ਦਾ ਸਨਮੁਖੀ ਦਰਸ਼ਨ ਦੀਦਾਰ ਅਤੇ ਅੰਕ 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 ਮੇਲੀਆਂ ਮਿਲਾਪ ਜਦੋਂ ਹੋ ਜਾਂਦਾ ਹੈ ਤਾਂ ਹੀ ਸੱਚੀ ਨਿਧ ਨਿਧਾਨ ਮਨੋਰਥ ਮੁਰਾਦ ਪੂਰੀ ਹੁੰਦੀ ਹੈ। ਆਣ ਨਿਧੀਆਂ ਰਿਧੀਆਂ ਸਿੱਧੀਆਂ ਸਭ ਹੇਜ ਪ੍ਰਤੀਤ ਹੁੰਦੀਆਂ ਹਨ।